ਇਕੱਲੇ ਸਿੱਖਾਂ ਦੀ ਨਹੀਂ, ਭਾਰਤ ਵਿੱਚ ਸਾਰੀਆਂ ਘੱਟ ਗਿਣਤੀਆਂ ਨੂੰ ਦਰੜਿਆ ਜਾ ਰਿਹਾ। ਤੁਸੀਂ ਕਹਿੰਦੇ ਹੋ ਕਿ ਜੀ ਅੰਮ੍ਰਿਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦਾ, ਤੁਸੀਂ ਕਹਿੰਦੇ ਹੋ ਜੀ ਉਹ ਖਾਲਿਸਤਾਨ ਦੀ ਗੱਲ ਕਰਦਾ, ਤੇ ਫਿਰ ਖਾਲਿਸਤਾਨੀ ਜਿਹੜਾ ਹੈ ਉਹ ਕਿਵੇਂ ਪਹੁੰਚ ਗਿਆ ਜੀ ਪਾਰਲੀਮੈਂਟ 'ਚ, ਮੈਂਬਰ ਕਿਵੇਂ ਬਣ ਗਿਆ? ਅਸੀਂ ਕਿਵੇਂ ਇਸ ਗੱਲ ਨੂੰ ਬਰਦਾਸ਼ਤ ਕਰ ਲਈਏ ਕਿ ਲੋਕਤੰਤਰ ਦੇ ਵਿੱਚ ਕੋਈ ਬੰਦਾ ਪੂਰੀ ਪ੍ਰਕਿਰਿਆ ਰਾਹੀਂ, ਸੰਵਿਧਾਨ ਦੀ ਸਾਰੀ ਗੱਲ ਦੇ ਰਾਹੀਂ, ਕਾਨੂੰਨ ਦੀ ਸਾਰੀ ਗੱਲ ਦੇ ਰਾਹੀਂ ਜਿੱਤਣ ਤੋਂ ਬਾਅਦ ਪਾਰਲੀਮੈਂਟ 'ਚ ਨਾ ਪਹੁੰਚੇ? ਜਿਹੜਾ ਸੰਵਿਧਾਨ ਆ ਉਹਦੀ ਆਪਾਂ ਇੰਨੀ ਦਹਾਈ ਵੀ ਦੇਣੀ ਕਾਹਤੋਂ ਆ? ਜਿਹੜੇ ਕਾਂਗਰਸ ਵਾਲੇ ਆ ਇਹ ਕਿੰਨਾ ਕੁ ਸੰਵਿਧਾਨ ਦੀ ਪੂਜਾ ਕਰਦੇ ਆ, ਕਿੰਨਾ ਕੁ ਮੰਨਦੇ ਆ? ਜਦੋਂ ਅਕਾਲ ਤਖ਼ਤ ਸਾਹਿਬ ਢਾਇਆ, ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ, ਜਦੋਂ ਸਾਰੇ ਭਾਰਤ ਵਿੱਚ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਜਾ ਰਿਹਾ ਸੀ, ਉਦੋਂ ਇਹ ਸੰਵਿਧਾਨ ਕਿੱਥੇ ਡੁੱਬਿਆ ਹੋਇਆ ਸੀ? ਜੇਕਰ ਹੁਣ ਚਰਨਜੀਤ ਸਿੰਘ ਚੰਨੀ ਨੇ ਜਾਂ ਹੋਰ ਨਾ ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਦੇ ਆ ਉਹਨਾਂ ਨੇ ਬੀਜੇਪੀ ਨੂੰ ਕਰਾਰੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਹੋਇਆ, ਇਹ ਹੁਣ ਕਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਲਾਣੇ ਨੇ ਵੀ ਛੱਡਣੀ? ਹਰਸਿਮਰਤ ਕੌਰ ਹੋਣੀ ਆ, ਮਜੀਠੀਏ ਹੋਣੀ ਆ, ਵੱਡਾ ਬਾਦਲ ਛੋਟਾ ਬਾਦਲ ਜਿੰਨਾ ਨੌਂਗ ਲੈਣਾ ਹੁਣ ਭੱਜਿਆ ਫਿਰਦਾ ਵੀ ਕੋਈ ਸਾਨੂੰ ਵੋਟਾਂ ਨਹੀਂ ਪਾਉਂਦਾ ਜੀ, ਅਕਾਲ ਤਖ਼ਤ ਤੋਂ ਸੁਰਖਰੂ ਹੋ ਕੇ ਆ ਜਾਈਏ? ਕਦੇ ਇਹਨਾਂ ਨੇ ਸੋਚਿਆ ਕਿ ਪੰਜਾਬ ਦੇ ਜਿਹੜੇ ਸਾਡੇ ਸਿੱਖ ਜੁਝਾਰੂ ਆ, ਜਿਹੜੇ ਕੌਮ ਲਈ ਲੜੇ, ਪੰਥ ਲਈ ਲੜੇ, ਜਿਹੜਾ ਧਰਮ ਯੁੱਧ ਮੋਰਚਾ ਸੀ ਜਿਹਦੇ ਵਿੱਚ ਇਹ ਹਾਲਾਤ ਬਣੇ ਆ, ਉਹ ਸ਼ੁਰੂ ਤਾਂ ਅਕਾਲੀ ਦਲ ਨੇ ਕੀਤਾ ਸੀ? ਕਦੇ ਅਕਾਲੀ ਲੀਡਰਾਂ ਨੇ ਪੰਜਾਬ ਦੇ ਸਿੱਖ ਜੁਝਾਰੂਆਂ ਦੀ ਰਿਹਾਈ ਲਈ ਕੋਈ ਚਾਚਾ ਹਾਲ ਦੀ ਗੱਲ ਨਹੀਂ ਕੀਤੀ? ਇਹਨਾਂ ਪਿਓ ਦੇ ਪੁੱਤਾਂ ਨੇ, ਕਿਸੇ ਅਕਾਲੀ ਲੀਡਰਸ਼ਿਪ ਨੇ ਅੱਜ ਤੱਕ ਸੁਖਬੀਰ ਬਾਦਲ ਸਮੇਤ ਕਿਸੇ ਨੇ ਇਹ ਨਹੀਂ ਕਿਹਾ ਵੀ ਹਰੀਪ੍ਰੀਤ ਤੇ ਪ੍ਰਦੀਪ ਗਲੇਰ ਨੇ ਜਿਹਨਾਂ ਜਿਹਨਾਂ ਦੇ ਨਾਂ ਲਏ ਆ ਵੀ ਇਹ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਾਂ ਇਹਨਾਂ ਦੇ ਉੱਤੇ ਕੁਛ ਹੋਣਾ। ਅੱਜ ਵੀ ਇਹਦੇ ਦਿਮਾਗ 'ਚ ਇਹ ਆ ਕਿ ਕਿਸੇ ਤਰੀਕੇ ਨਾਲ ਸਰਸੇ ਵਾਲਿਆਂ ਨਾਲ ਆਪਣੀ ਜਿਹੜੀ ਆ ਸਾਂਝ ਉਹ ਬਣੀ ਰਹੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰਲੀਮੈਂਟ ਦੇ ਵਿੱਚ ਜਿਹੜਾ ਪਿਛਲੇ 2-3 ਦਿਨ ਤੋਂ ਰੌਲਾ ਰੱਪਾ ਚੱਲ ਰਿਹਾ ਕਿ ਪੰਜਾਬ ਨੂੰ ਤੁਸੀਂ ਬਸਤੀ ਬਣਾ ਕੇ ਲੁੱਟ ਰਹੇ ਹੋ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਪਿੱਛੇ ਜੇ ਰਾਜਾ ਵੜਿੰਗ ਨੇ ਵੀ ਕਿਹਾ ਸੀਗਾ ਵੀ ਸਾਨੂੰ ਤਾਂ ਲੱਗਦਾ ਜਿਵੇਂ ਪੰਜਾਬ ਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ। ਇਹੋ ਜਿਹੀਆਂ ਗੱਲਾਂ ਹਰਪਾਲ ਸਿੰਘ ਚੀਮੇ ਨੇ ਵੀ ਕਹਿਤੀਆਂ ਵੀ ਜਿਹੜਾ ਬਜਟ ਆਇਆ ਵਾ ਉਹਦੇ 'ਚ ਪੰਜਾਬ ਨੂੰ ਕੁਛ ਨਹੀਂ ਮਿਲਿਆ, ਤੇ ਅੱਜ ਰੌਲਾ ਰੱਪਾ ਇਹ ਪਿਆ ਹੋਇਆ ਵੀ ਜਿਹੜਾ ਮੀਤ ਹੇਅਰ ਉਹਨੇ ਵੀ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ, ਤੇ ਸਾਫ਼ ਦਿਖਦਾ ਵੀ ਪੰਜਾਬ ਦੇ ਚਾਹੇ ਕਿਸੇ ਵੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੋਣ, ਉਹਨਾਂ ਨੂੰ ਇਸ ਵਾਰ ਬੀਜੇਪੀ ਦੇ ਬਜਟ ਦੇ ਖਿਲਾਫ ਬੋਲਣਾ ਹੀ ਪੈ ਰਿਹਾ। ਇਹ ਬੀਜੇਪੀ ਦਾ ਬਜਟ ਜਿਹੜਾ ਹੈ ਉਹ ਇਕੱਲਾ ਬੀਜੇਪੀ ਤੱਕ ਮਹਦੂਦ ਨਹੀਂ ਰਹਿਣ ਦਿੰਦਾ ਗੱਲ ਨੂੰ, ਉਹ ਪੂਰੇ ਭਾਰਤ ਦੀ ਪੰਜਾਬ ਅਤੇ ਪੰਥ ਖਿਲਾਫ ਜਿਹੜੀ ਨਫ਼ਰਤ ਆ ਉਹਨੂੰ ਜ਼ਾਹਿਰ ਕਰਨ ਦਾ ਇੱਕ ਮੌਕਾ ਜਿਹੜਾ ਹੈਗਾ ਉਹ ਇਹਨਾਂ ਲੋਕਾਂ ਨੂੰ ਦੇ ਰਿਹਾ। ਚੰਗੀ ਗੱਲ ਆ ਕਿ ਪੰਜਾਬ ਦੇ ਇਹ ਸਾਰੇ ਮੈਂਬਰ ਪਾਰਲੀਮੈਂਟ ਉੱਥੇ ਪੂਰੀ ਆਪਦੀ ਜਿਹੜੀ ਆ ਗੱਲ ਉਹ ਕਰਨ ਲੱਗੇ ਹੋਏ ਨੇ। ਮੀਤ ਹੇਅਰ ਨੇ ਵੀ ਬੀਜੇਪੀ ਦੇ ਉੱਤੇ ਉਹੀ ਇਲਜ਼ਾਮ ਲਾਏ ਨੇ ਜਿਹੜੇ ਬੀਤੇ ਦਿਨਾਂ ਦੇ ਵਿੱਚ ਹੋਰ ਲੋਕ ਲਾਉਂਦੇ ਰਹੇ ਨੇ। ਜਦੋਂ ਕੱਲ੍ਹ ਇਹ ਗੱਲ ਚੱਲੀ ਸੀ ਕਿ ਜੀ ਚਰਨਜੀਤ ਸਿੰਘ ਚੰਨੀ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹੈ
ਉਹਨੇ ਜਦੋਂ ਆਪਦੀ ਤਕਰੀਰ ਵਿੱਚ ਕਿਹਾ ਕਿ ਐਮਰਜੈਂਸੀ ਵਾਲਾ ਕੰਮ ਤਾਂ ਹੁਣ ਵੀ ਹੋਇਆ ਪਿਆ, 20 ਲੱਖ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਖਡੂਰ ਸਾਹਿਬ ਤੋਂ, ਅੰਮ੍ਰਿਤਪਾਲ ਸਿੰਘ ਦੀ ਗੱਲ ਉਹ ਕਰ ਰਿਹਾ ਸੀ, ਉਹਨੂੰ ਤੁਸੀਂ ਇੱਥੇ ਬੋਲਣ ਨਹੀਂ ਦਿੰਦੇ, ਤਾਂ ਰਵਨੀਤ ਬਿੱਟੂ ਜਿਹੜਾ ਬੈਂਤ ਦੇ ਬੁੱਟੜ ਦਾ ਪੋਤਾ, ਉਹਨੇ ਕਾਫੀ ਖਿਲਾਰਾ ਜਿਹਾ ਪਾਇਆ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰਿਆ ਹੋਇਆ ਹੈ, ਨਾ ਉਹ ਪਾਰਲੀਮੈਂਟ ਦਾ ਮੈਂਬਰ ਹੈ, ਪਰ ਉਹਨੇ ਕੱਲ ਕਾਫੀ ਜ਼ਿਆਦਾ ਉੱਥੇ ਖਿਲਾਰਾ ਪਾਇਆ ਤੇ ਉਸ ਮੌਕੇ ਉਹ ਕਹਿਣ ਲੱਗ ਗਏ ਜੀ ਇਹ ਖਾਲਿਸਤਾਨ ਦੀ ਸਪੋਰਟ ਕਰਦੇ ਆ, ਕਾਂਗਰਸ ਖਾਲਿਸਤਾਨੀਆਂ ਦੀ ਬੋਲੀ ਬੋਲਦੀ ਆ। ਭਾਵੇਂ ਇਸ ਮਸਲੇ ਉੱਤੇ ਕਾਂਗਰਸ ਨੇ ਵੀ ਬਾਅਦ ਵਿੱਚ ਕਹਿਤਾ ਕਿ ਜੀ ਅਸੀਂ ਚੰਨੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਇੱਕ ਗੱਲ ਵਧੀਆ ਹੋਈ ਵੀ ਖਾਲਿਸਤਾਨ ਖਾਲਿਸਤਾਨ ਚੰਗੀ ਹੋ ਗਈ ਕੱਲ। ਤੇ ਅੱਜ ਵੀ ਬਹੁਤ ਸਾਰੇ ਜਿਹੜੇ ਚੈਨਲ ਨੇ ਉਹਨਾਂ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦਾ, ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਦਾ, ਖਾਲਿਸਤਾਨ ਦੇ ਇਸ਼ੂ ਦਾ ਕਾਫੀ ਜ਼ਿਆਦਾ ਚਰਚਾ ਛਿੜਿਆ ਹੋਇਆ। ਮੈਂ ਇੱਕ ਹਿੰਦੀ ਚੈਨਲ ਤੇ ਕੁਛ ਜਿਹੜੇ ਇੰਡੀਅਨ ਚਿੰਤਕ ਨੇ, ਥਿੰਕਰ, ਕੁਛ ਪ੍ਰੋਫੈਸਰ, ਕੁਛ ਪੋਲੀਟੀਕਲ ਐਕਟਿਵਿਸਟ, ਉਹਨਾਂ ਦੀ ਡਿਬੇਟ ਸੁਣ ਕੇ ਹਟਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ MP ਆ, ਉਹਨੂੰ ਪਾਰਲੀਮੈਂਟ ਵਿੱਚ ਲਿਆਉਣਾ ਚਾਹੀਦਾ, ਕਿਉਂਕਿ ਇਹ ਉਹਨਾਂ ਸਾਰੇ ਲੋਕਾਂ ਦੀ ਆਵਾਜ਼ ਬੰਦ ਕਰਨ ਵਾਲਾ ਕੰਮ ਹੈ। ਇਸ ਤੋਂ ਅਗਲੀ ਗੱਲ ਤੱਕ ਵੀ ਉਹ ਗਏ ਕਿ ਪੰਜਾਬ ਦੇ ਲੋਕਾਂ ਦਾ, ਖਾਸ ਤੌਰ ਤੇ ਸਿੱਖਾਂ ਦਾ ਇਹ ਕਹਿਣਾ ਬਿਲਕੁਲ ਦਰੁਸਤ ਸਾਬਤ ਹੋ ਰਿਹਾ ਕਿ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ। ਇਸ ਤੋਂ ਅਗਲੀ ਗੱਲ ਵੀ ਨਾਲ ਹੀ ਚੱਲਦੀ ਆ ਕਿ ਇਕੱਲੇ ਸਿੱਖਾਂ ਦੀ ਨਹੀਂ, ਭਾਰਤ ਵਿੱਚ ਸਾਰੀਆਂ ਘੱਟ ਗਿਣਤੀਆਂ ਨੂੰ ਦਰੜਿਆ ਜਾ ਰਿਹਾ। BJP ਦੇ ਉੱਤੇ ਫਿਰ ਇਹ ਇਲਜ਼ਾਮ ਜਾਂ ਇਹ ਗੱਲ ਤਾਂ ਫਿਰ ਸਾਹਮਣੇ ਆਉਣੀ ਹੋਈ ਸੀ ਕਿ ਜੀ ਇਹ ਮੁਸਲਮਾਨਾਂ ਨੂੰ ਕਿਸੇ ਵੀ ਹਲਕੇ ਦੇ ਵਿੱਚ MLA MP ਦੀ ਟਿਕਟ ਨਹੀਂ ਦਿੰਦੇ। ਸੋ ਇਸ ਗੱਲ ਦੇ ਨਾਲ ਜਿਹੜੀ ਕੱਲ ਦੀ ਕੰਟਰੋਵਰਸੀ ਵਿਵਾਦ ਛਿੜਿਆ ਹੋਇਆ, ਕਾਫੀ ਪੱਖਾਂ ਤੋਂ ਗਰਮਾ ਗਰਮੀ ਹੋ ਰਹੀ ਹੈ। ਤੇ ਚੰਗੀ ਗੱਲ ਹੈ ਕਿ ਲੋਕ ਕਹਿੰਦੇ ਆ ਕਿ ਤੁਸੀਂ ਕਹਿੰਦੇ ਹੋ, ਔਰ ਇਹ ਗੱਲ, ਅਸੀਂ ਕੋਈ ਸਿੱਖ ਮਾਈਂਡਡ ਲੋਕ ਨਹੀਂ, ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਇਹ ਹਿੰਦੀ ਬੋਲਣ ਵਾਲੇ ਹਿੰਦੂਆਂ ਦੇ ਥਿੰਕਰ ਕਹਿ ਰਹੇ ਨੇ ਕਿ ਜਿਹੜਾ ਸੰਵਿਧਾਨ ਆ, ਤੁਸੀਂ ਕਹਿੰਦੇ ਹੋ ਕਿ ਜੀ ਅੰਮ੍ਰਿਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦਾ, ਤੁਸੀਂ ਕਹਿੰਦੇ ਹੋ ਜੀ ਉਹ ਖਾਲਿਸਤਾਨ ਦੀ ਗੱਲ ਕਰਦਾ, ਤੇ ਫਿਰ ਖਾਲਿਸਤਾਨੀ ਜਿਹੜਾ ਹੈ ਉਹ ਕਿਵੇਂ ਪਹੁੰਚ ਗਿਆ ਜੀ ਪਾਰਲੀਮੈਂਟ ਚ, ਮੈਂਬਰ ਕਿਵੇਂ ਬਣ ਗਿਆ? ਇਹਦਾ ਮਤਲਬ ਇਹ ਹੈਗਾ ਕਿ ਉਹਨੇ ਸੰਵਿਧਾਨ ਦੀ ਕਿਸੇ ਵੇਲੇ ਕਿਸੇ ਪ੍ਰਸੰਗ ਵਿੱਚ ਨਿਖੇਧੀ ਕੀਤੀ ਹੋਣੀ ਹੈ, ਪਰ ਉਹੀ ਬੰਦੇ ਨੇ ਸਾਰੀ ਪ੍ਰਕਿਰਿਆ ਜਿਹੜੀ ਚੋਣ ਲੜਨ ਦੀ ਹੈ ਉਹਨੂੰ ਪੂਰਨ ਤੌਰ ਤੇ ਮੰਨ ਕੇ ਪ੍ਰਵਾਨ ਕੀਤੇ, ਸਾਰੇ ਸਿਸਟਮ ਦੇ ਵਿੱਚ ਦੀ ਨਿਕਲ ਕੇ ਚੋਣ ਜਿੱਤਿਆ। ਸੋ ਅਸੀਂ ਕਿਵੇਂ ਇਸ ਗੱਲ ਨੂੰ ਬਰਦਾਸ਼ਤ ਕਰ ਲਈਏ ਕਿ ਲੋਕਤੰਤਰ ਦੇ ਵਿੱਚ ਕੋਈ ਬੰਦਾ ਪੂਰੀ ਪ੍ਰਕਿਰਿਆ ਰਾਹੀਂ, ਸੰਵਿਧਾਨ ਦੀ ਸਾਰੀ ਗੱਲ ਦੇ ਰਾਹੀਂ, ਕਾਨੂੰਨ ਦੀ ਸਾਰੀ ਗੱਲ ਦੇ ਰਾਹੀਂ ਜਿੱਤਣ ਤੋਂ ਬਾਅਦ ਪਾਰਲੀਮੈਂਟ 'ਚ ਨਾ ਪਹੁੰਚੇ? ਸੋ ਇਸ ਗੱਲ ਦੇ ਉੱਤੇ ਕਾਫੀ ਜ਼ਿਆਦਾ ਖਿਲਾਰਾ ਜਿਹੜਾ ਪਿਆ ਹੋਇਆ, ਤੇ ਚੰਗੀ ਗੱਲ ਆ ਕਿ ਇਹਦੇ ਨਾਲ ਹੋਰ ਬਹੁਤ ਕੁਛ ਸਾਹਮਣੇ ਆ ਰਿਹਾ। ਆਪਾਂ ਨੂੰ ਚੇਤੇ ਆ ਕਿਸੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਧਰਮ ਯੁੱਧ ਮੋਰਚੇ ਵਾਲੇ ਦਿਨਾਂ ਦੇ ਵਿੱਚ ਭਾਰਤੀ ਸੰਵਿਧਾਨ ਦੀ ਧਾਰਾ 25(20) ਨੂੰ ਦਿੱਲੀ ਜਾ ਕੇ ਸਾੜਿਆ ਸੀ, ਬੜਾ ਰੌਲਾ ਪਿਆ ਸੀ। ਪਰ ਸੰਵਿਧਾਨ ਨੂੰ ਸਾੜਨ ਵਾਲੇ ਉਸੇ ਭਾਰਤੀ ਨਿਜ਼ਾਮ ਦੇ ਪੁਰਜੇ ਬਣੇ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਾਅਦ ਵਿੱਚ ਸੰਵਿਧਾਨ ਦੀ ਸਹੁੰ ਚੱਕ ਕੇ ਕਈ ਵਾਰ ਕੁਰਸੀ ਦਾ ਨਿੱਘ ਮਾਣਿਆ। ਸੋ ਜੇ ਕੋਈ ਸਾਡੇ ਭਾਈਚਾਰੇ ਵਿੱਚੋਂ ਇਹ ਗੱਲ ਕਰੇ
ਕਿ ਜੀ ਫਲਾਨੇ ਬੰਦੇ ਨੇ ਪਹਿਲਾਂ ਸੰਵਿਧਾਨ ਦੀ ਵਿਰੋਧਤਾ ਕੀਤੀ ਫਿਰ ਉਹਦੀ ਸਹੁੰ ਚੱਕ ਲਈ, ਤਾਂ ਇੱਥੇ ਇਹ ਚੇਤੇ ਰੱਖੋ ਕਿ ਜੇਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਬੰਦੇ ਸੰਵਿਧਾਨ ਨੂੰ ਸਾੜ ਵੀ ਸਕਦੇ ਆ ਤੇ ਸੰਵਿਧਾਨ ਦੀ ਸਹੁੰ ਖਾ ਕੇ ਆਪਦੇ ਸਵਾਰਥਾਂ ਵਾਲੀ ਰਾਜਨੀਤੀ ਅੱਗੇ ਤੋਰ ਸਕਦੇ ਆ, ਕੁਰਸੀ ਮਾਣ ਸਕਦੇ ਆ, ਤਾਂ ਫਿਰ ਭਾਈ ਸਾਡੇ ਬੰਦਿਆਂ ਨੂੰ ਜੇ ਕਿਸੇ ਨੂੰ ਲੱਗਦਾ ਚਲੋ ਸਾਡਾ ਤਾਂ ਸਿਸਟਮ ਵੱਖਰਾ, ਸਾਰਿਆਂ ਨੂੰ ਪਤਾ ਹੀ ਅਸੀਂ ਤਾਂ ਸੰਵਿਧਾਨ ਤੋਂ ਜਾਂ ਕਾਨੂੰਨ ਤੋਂ ਜਾਂ ਇਹ ਸਾਰੇ ਸਿਸਟਮ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਾਂ, ਟੁੱਟ ਚੁੱਕੇ ਹਾਂ, ਸਾਡਾ ਤਾਂ ਚੋਣਾਂ ਚਾਣਾਂ 'ਚ ਯਕੀਨ ਹੈ ਨਹੀਂ, ਪਰ ਜਿਹੜੇ ਭਰਾਵਾਂ ਦਾ ਹੈਗਾ ਸਾਨੂੰ ਉਹਨਾਂ ਦੀ ਗੱਲ ਤਾਂ ਕਰਨੀ ਪਊਗੀ। ਸੋ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਭਾਰਤੀ ਸੰਵਿਧਾਨ ਦੀ ਨਿਖੇਧੀ ਕਰਦਾ ਸੀ, ਉਹ ਉੱਥੇ ਮੰਨ ਲਓ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਸਾੜਿਆ ਸੀ, ਤੇ ਜੇਕਰ ਉਹਨੇ ਬਾਅਦ ਵਿੱਚ ਸਾਰੀ ਪ੍ਰਕਿਰਿਆ ਨੂੰ ਫਾਲੋ ਕੀਤਾ ਮੰਨਿਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੰਨਿਆ ਸੀ। ਪਰ ਜਿਹੜਾ ਸੰਵਿਧਾਨ ਆ ਉਹਦੀ ਆਪਾਂ ਇੰਨੀ ਦਹਾਈ ਜੀ ਦੇਣੀ ਕਾਹਤੋਂ, ਆ ਜਿਹੜੇ ਕਾਂਗਰਸ ਵਾਲੇ ਆ ਇਹ ਕਿੰਨਾ ਕੁ ਸੰਵਿਧਾਨ ਦੀ ਪੂਜਾ ਕਰਦੇ ਆ, ਕਿੰਨਾ ਕੁ ਮੰਨਦੇ ਆ, ਇਹਨਾਂ ਨੇ ਪਤਾ ਨੀ ਕਿੰਨੀ ਵਾਰ ਤਾਂ ਸੋਧਾ ਸਾਧਾ ਜੀਆਂ ਕਰਤੀਆਂ ਜਿਹੜੀਆਂ ਉਹ ਸੰਵਿਧਾਨ ਸੀ। ਖੁਦ ਡਾਕਟਰ ਅੰਬੇਦਕਰ ਪਿੱਟ ਦਾ ਹੁੰਦਾ ਸੀਗਾ ਵੀ ਚਾਹੇ ਜਿੰਨਾ ਮਰਜ਼ੀ ਵਧੀਆ ਬਣਿਆ ਹੋਇਆ ਜੇ ਇਹਨੂੰ ਚੱਜ ਹਾਲਾ ਲਾਗੂ ਨੇ ਕੀਤਾ, ਸਭ ਤੋਂ ਪਹਿਲਾਂ ਅੱਗ ਲਾਉਣ ਵਾਲਾ ਬੰਦਾ ਮੈਂ ਹੂੰ ਇਹ ਸੰਵਿਧਾਨ। ਤੋਂ ਇਸ ਸੰਵਿਧਾਨ ਦੇ ਵਿੱਚ ਸੋਧਾਂ ਬੜੀਆਂ ਹੋਈਆਂ ਨੇ ਤੇ ਸੰਵਿਧਾਨ ਨੂੰ ਮੰਨਣ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦਾ ਹਾਲ ਵੀ ਸਾਹਮਣੇ ਆ। ਜਦੋਂ ਅਕਾਲ ਤਖ਼ਤ ਸਾਹਿਬ ਢਾਇਆ, ਜਦੋਂ ਸਿੱਖਾਂ ਦੀ ਨਸਲਕੁਸ਼ੀ ਕੀਤੀ, ਜਦੋਂ ਸਾਰੇ ਭਾਰਤ ਵਿੱਚ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਜਾ ਰਿਹਾ ਸੀ, ਉਦੋਂ ਇਹ ਸੰਵਿਧਾਨ ਕਿੱਥੇ ਡੁੱਬਿਆ ਹੋਇਆ ਸੀ? ਉਦੋਂ ਇਹ ਸੰਵਿਧਾਨ ਨੂੰ ਕਾਂਗਰਸ ਮੰਨਦੀ ਸੀ? ਜਿੱਦਣ ਬਾਬਰੀ ਮਸਜਿਦ ਢਾਈ, ਜਿੱਦਣ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਕਾਂਡ ਨੇ ਜਿਹੜੇ ਈਸਾਈਆਂ ਉੱਤੇ ਜਾਂ ਹੋਰਨਾਂ ਘੱਟ ਗਿਣਤੀਆਂ ਦੇ ਉੱਤੇ ਭਗਵੇਂ ਬ੍ਰਿਗੇਡ ਨੇ ਕਹਿਰ ਢਾਇਆ, ਉਦੋਂ ਇਹ ਸੰਵਿਧਾਨ ਕਿੱਥੇ ਹੁੰਦਾ? ਸੋ ਸੰਵਿਧਾਨ ਦੇ ਬਾਰੇ ਬਹੁਤਾ ਜ਼ਿਆਦਾ ਸਾਡੀ ਕੌਮ ਨੂੰ ਇਉਂ ਨਹੀਂ ਹੋਣਾ ਚਾਹੀਦਾ ਵੀ ਲਓ ਜੀ ਇਹ ਕੀ ਹੋ ਗਿਆ, ਜਿਹੜੇ ਸੰਵਿਧਾਨ ਨੂੰ ਮੰਨਣ ਦੀ ਗੱਲ ਕਰਦੇ ਆ ਉਹ ਕਿਹੜਾ ਇਹਦੀ ਬੜੀ ਪੂਜਾ ਕਰਦੇ ਆ, ਇਸ ਕਰਕੇ ਇਸ ਚੱਕਰ ਤੇ ਨਿਕਲੋ। ਗੱਲ ਸਿੱਧੀ ਜੀ ਇਹ ਆ ਕਿ ਜੇ ਪਾਰਲੀਮੈਂਟ ਦੇ ਵਿੱਚ ਕਾਂਗਰਸ ਵਾਲੇ, ਬੀਜੇਪੀ ਵਾਲੇ, ਇਸ ਮੁਲਕ ਦੇ ਹੋਰ ਬਹੁਤ ਸਾਰੇ ਥਿੰਕਰ, ਸਾਡੇ ਖਡੂਰ ਸਾਹਿਬ ਤੋਂ ਚੁਣੇ ਹੋਏ ਸਿੱਖ ਨੁਮਾਇੰਦੇ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ, ਸੰਵਿਧਾਨ ਦੀਆਂ ਗੱਲਾਂ ਕਰਦੇ ਆ, ਸਾਰਾ ਹੀਜ ਪਿਆ ਜਿਹਨਾਂ ਦਾ ਨੰਗਾ ਹੁੰਦਾ ਜਿਹੜਾ ਲੋਕਤੰਤਰ ਠੋਕਤੰਤਰ, ਆਪਾਂ ਨੂੰ ਹੋਰ ਕੀ ਚਾਹੀਦਾ? ਸੋ ਇਹਦੇ ਨਾਲ ਨਾਲ ਆਪਾਂ ਕੱਲ ਹੀ ਅਸੀਂ ਇਹ ਗੱਲ ਬੁੱਝ ਲਈ ਸੀ ਕਿ ਜੇਕਰ ਹੁਣ ਚਰਨਜੀਤ ਸਿੰਘ ਚੰਨੀ ਨੇ ਜਾਂ ਹੋਰਨਾਂ ਮੈਂਬਰ ਪਾਰਲੀਮੈਂਟ ਜਿਹੜੇ ਪੰਜਾਬ ਦੇ ਆ ਉਹਨਾਂ ਨੇ ਬੀਜੇਪੀ ਨੂੰ ਕਰਾਰੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਹੋਇਆ, ਇਹ ਹੁਣ ਕਸਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਲਾਣੇ ਨੇ ਵੀ ਛੱਡਣੀ, ਕਿਉਂਕਿ ਬੀਤੇ ਸਮੇਂ ਦੇ ਵਿੱਚ ਤਾਂ ਇਹਨਾਂ ਨੇ ਸਾਰਿਆਂ ਨੂੰ ਬਣਾਇਆ ਬੇਵਕੂਫ ਤੇ ਭਾਜਪਾ ਕੋਲੋਂ ਲਾਹੇ ਲੈਂਦੇ ਰਹੇ। ਪਰ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਬੀਜੇਪੀ ਦੇ ਖਿਲਾਫ ਬੋਲਣਾ ਪਿਆ, ਤੇ ਅੰਮ੍ਰਿਤਪਾਲ ਦੀ ਗੱਲ, ਕਿਸਾਨਾਂ ਦੀ ਗੱਲ, ਪਾਣੀਆਂ ਦੀ ਗੱਲ ਸਾਰੀਆਂ ਹੀ ਕੀਤੀਆਂ। ਵੈਸੇ ਕਈ ਬੰਦਿਆਂ ਨੂੰ ਉਸ ਟਾਈਮ ਦੇਖ ਕੇ ਬੀਬਾ ਹਰਸਿਮਰਤ ਕੌਰ ਨੂੰ ਹਾਸਾ ਆਉਂਦਾ ਹੋਣਾ ਕਿ ਇਹ ਕੰਡੇ ਤੁਹਾਡੇ ਹੀ ਬੀਜੇ ਹੋਏ ਨੇ। ਚੇਤੇ ਕਰੋ ਜਦੋਂ ਅੰਮ੍ਰਿਤਪਾਲ ਸਿੰਘ ਇੱਥੇ ਸਰਗਰਮ ਸੀਗਾ, ਕਿਵੇਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਤੇ ਰਵਨੀਤ ਬਿੱਟੂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਸੀਗਾ ਇੱਕ ਦੂਜੇ ਨੂੰ ਇਹਦੇ ਖਿਲਾਫ ਬੋਲਣ ਦਾ, ਵੀ ਉਹਨੂੰ ਫੜ ਕੇ ਅੰਦਰ ਦਿਓ। ਫਿਰ ਇਹ ਬੀਬਾ ਹਰਸਿਮਰਤ ਕੌਰ ਵੀ ਕਾਫੀ ਤੱਤੀ ਹੋਈ ਫਿਰਦੀ ਸੀ ਕਿ ਤੇ ਜੀ ਇਹਨੇ ਥਾਣੇ ਤੇ ਕਰਦਾ ਸੀਗਾ ਤੇ ਮੁਕੱਦਮਾ ਦਰਜ, ਇਹਨੂੰ ਫੜਦੇ ਨਹੀਂ। ਸੋ ਅੱਜ ਇਹ ਹਾਲਾਤ ਜਿਹੜੇ ਪਾਰਲੀਮੈਂਟ ਦੇ ਵਿੱਚ ਬਣੇ ਹੋਏ ਨੇ ਉਹ ਸਾਡੀ ਸਾਰੀ ਕੌਮ ਲਈ ਬਹੁਤ ਜ਼ਿਆਦਾ
ਧਿਆਨ ਦੇਣ ਯੋਗ ਨੇ ਕਿ ਸਾਡੀ ਗੱਲ ਜਿਹੜੀ ਆ ਉਹ ਦਿਨੋਂ ਦਿਨ ਸੈਂਟਰ ਸਟੇਜ ਤੇ ਆਉਂਦੀ ਜਾਂਦੀ। ਜਦੋਂ ਤੁਹਾਡੀ ਗੱਲ, ਤੁਹਾਡੇ ਮੁੱਦੇ, ਤੁਹਾਡੀ ਚਰਚਾ ਇਸ ਤਰੀਕੇ ਨਾਲ ਛਿੜੇ, ਇਹ ਇੱਕ ਸਖਾਵਾਂ ਮੋੜ ਆ। ਮੈਨੂੰ ਨਹੀਂ ਲੱਗਿਆ ਕਦੇ ਪੰਜਾਬ ਦੇ ਵਿੱਚ, ਪੰਜਾਬ ਦੇ MP ਜਿਹੜੇ ਨੇ ਉਹਨਾਂ ਨੇ ਪਾਰਲੀਮੈਂਟ ਵਿੱਚ ਇਸ ਤਰੀਕੇ ਨਾਲ ਸਰਗਰਮੀ ਦਿਖਾਈ ਹੋਵੇ ਜਿਵੇਂ ਐਤਕੀ ਦਿਖਾਈ ਜਾ ਰਹੀ ਹੈ। ਚੰਗੀ ਗੱਲ ਨਾ, ਭੁਮੱਕੜ ਨਿਕਲਣੇ ਚਾਹੀਦੇ ਆ, ਪੰਗਾ ਪੂਰਾ ਪੈਣਾ ਚਾਹੀਦਾ। ਪਰ ਇਹਦੇ ਨਾਲ ਨਾਲ ਜਿਹੜੀਆਂ ਹੋਰ ਗੱਲਾਂ ਬਾਤਾਂ ਨੇ, ਕਿਉਂਕਿ ਆਪਾਂ ਜਿਹੜਾ ਮੇਨ ਮੁੱਦਾ ਜਿੱਥੇ ਆਪਾਂ ਕੱਲ੍ਹ ਛੱਡਿਆ ਸੀਗਾ, ਹਿੰਦੂ ਸਿਵਲਾਈਜੇਸ਼ਨ, ਸਿੱਖ ਸਿਵਲਾਈਜੇਸ਼ਨ, ਉਹ ਤੇ ਚਰਚਾ ਕਰਨੀ ਆ, ਪਰ ਕੁਛ ਜ਼ਰੂਰੀ ਗੱਲਾਂ ਜਿਹੜੀਆਂ ਨੇ ਉਹ ਕਰਨ ਵਾਲੀਆਂ ਨੇ। ਉਹਨਾਂ ਚੋਂ ਇੱਕ ਤਾਂ ਇਹ ਹੈ ਕਿ ਭਾਜਪਾ ਦਾ ਇੱਕ ਵਿਧਾਇਕ ਆ ਜਿਹਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਤੇ ਉਹਨੇ ਉੱਤਰ ਪ੍ਰਦੇਸ਼ ਦੇ ਵਿੱਚ 1996 ਦੇ ਵਿੱਚ ਕਤਲ ਕੀਤਾ ਸੀ, ਤੇ ਉਸ ਕਤਲ ਵਿੱਚ ਉਹਨੂੰ ਉਮਰ ਕੈਦ ਹੋਈ ਸੀ। 4 ਨਵੰਬਰ 2019 ਨੂੰ ਉਮਰ ਕੈਦ ਹੋਈ ਆ, ਤੇ ਦੇਖ ਲਓ ਹੁਣ 5 ਸਾਲ ਹੋਏ ਆ, ਤੇ ਉਹਨੂੰ ਉਮਰ ਕੈਦ ਨਹੀਂ ਘਟਾਈ, ਉਹਦੀ ਸਾਰੀ ਸਜ਼ਾ ਮਾਫ਼ ਕਰਤੀ ਆ, ਕਿਉਂਕਿ ਭਾਜਪਾ ਦਾ ਉਹ ਸਾਬਕਾ ਵਿਧਾਇਕ ਆ। ਆ ਦੇਖ ਲਓ ਕਿੱਥੇ ਆ ਸੰਵਿਧਾਨ ਇਹਨਾਂ ਦਾ। ਚੇਤੇ ਕਰੋ ਇਸੇ ਸੰਵਿਧਾਨ ਦੇ ਰਾਹੀਂ ਕਿਵੇਂ ਸਾਧਵੀ ਪ੍ਰਗਿਆ ਵਰਗਿਆਂ ਨੂੰ ਜਿਹੜੇ ਵੱਡੇ ਕਤਲਾਂ ਦੇ ਵਿੱਚ, ਬੰਬ ਧਮਾਕਿਆਂ ਦੇ ਵਿੱਚ, ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਜਿਹੜੀਆਂ ਵਾਰਦਾਤਾਂ ਸਾਧਵੀ ਪ੍ਰਗਿਆ ਦੇ ਗੁੰਡਾ ਬ੍ਰਿਗੇਡ ਨੇ ਕੀਤੀਆਂ ਸੀ, ਉਹਨਾਂ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਮੁੰਡੇ ਫੜ ਫੜ ਕੇ ਅੰਦਰ ਦਿੱਤੇ ਹੋਏ ਸੀ। ਘੱਟੋ ਘੱਟ 100 ਮੁਸਲਮਾਨ ਮੁੰਡਾ ਜਿਹੜਾ ਸੀ ਉਹ ਫੜ ਕੇ ਇਹਨਾਂ ਨੇ ਅੰਦਰ ਦਿੱਤਾ ਹੋਇਆ ਸੀਗਾ, ਜਦੋਂ ਕਿ ਉਹ ਸਾਰੀਆਂ ਵਾਰਦਾਤਾਂ ਬਾਅਦ 'ਚ ਨਿਕਲੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ। ਉਹ ਜਿਹੜੀ ਸਾਧਵੀ ਪ੍ਰਗਿਆ ਵਾਲੀ ਕਹਾਣੀ ਸੀ ਉਹਦੇ, ਉਦੋਂ ਵੀ ਲੋਕਤੰਤਰ ਸੰਵਿਧਾਨ ਕਿਤੇ ਨੀ ਦਿਖਿਆ। ਆ ਭਾਜਪਾ ਦਾ ਸਾਬਕਾ ਵਿਧਾਇਕ ਆ, ਉਮਰ ਕੈਦ ਦੀ ਸਜ਼ਾ ਮਿਲੀ ਆ ਤੇ ਸਾਰੀ ਸਜ਼ਾ ਉਹਦੀ ਮਾਫ਼ ਕਰਤੀ ਆ। ਕਦੇ ਆ ਜਿਹੜੇ ਆਪਣੇ ਵਾਲੇ ਆ, ਵੀ ਹਰਸਿਮਰਤ ਕੌਰ ਹੋਣੀ ਆ, ਮਜੀਠੀਏ ਹੋਣੀ ਆ, ਵੱਡਾ ਬਾਦਲ ਛੋਟਾ ਬਾਦਲ ਜਿੰਨਾ ਲੌਂਗ ਲਾਣਾ ਹੁਣ ਭੱਜਿਆ ਫਿਰਦਾ ਵੀ ਕੋਈ ਸਾਨੂੰ ਵੋਟਾਂ ਨੀ ਪਾਉਂਦਾ ਜੀ, ਅਕਾਲ ਤਖ਼ਤ ਤੋਂ ਸੁਰਖਰੂ ਹੋ ਕੇ ਆ ਜਾਈਏ। ਕਦੇ ਇਹਨਾਂ ਨੇ ਸੋਚਿਆ ਕਿ ਪੰਜਾਬ ਦੇ ਜਿਹੜੇ ਸਾਡੇ ਸਿੱਖ ਜੁਝਾਰੂ ਆ, ਜਿਹੜੇ ਕੌਮ ਲਈ ਲੜੇ, ਪੰਥ ਲਈ ਲੜੇ, ਜਿਹੜਾ ਧਰਮ ਯੁੱਧ ਮੋਰਚਾ ਸੀ ਜਿਹਦੇ ਵਿੱਚ ਇਹ ਹਾਲਾਤ ਬਣੇ ਆ, ਉਹ ਸ਼ੁਰੂ ਤਾਂ ਅਕਾਲੀ ਦਲ ਨੇ ਹੀ ਕੀਤਾ ਸੀ, ਪਰ ਇਹਨਾਂ ਨੇ ਭੋਰਾ ਸ਼ਰਮ ਨਹੀਂ ਕੀਤੀ। BJP ਵਾਲੇ ਅੱਜ ਵੀ ਆਪਦੇ ਬੰਦਿਆਂ ਨੂੰ ਛੁਡਾ ਰਹੇ ਨੇ, ਉਦੋਂ ਇਹਨਾਂ ਦੇ ਜਦੋਂ ਨਾਲ ਹੁੰਦੇ ਸੀ ਉਦੋਂ ਵੀ ਛੁਡਾਉਂਦੇ ਰਹੇ, ਪਰ ਇਹਨਾਂ ਨੇ ਨਿੱਜੀ ਸਵਾਰਥ ਪੂਰੇ ਕੀਤੇ। ਕਦੇ ਅਕਾਲੀ ਲੀਡਰਾਂ ਨੇ ਪੰਜਾਬ ਦੇ ਸਿੱਖ ਜੁਝਾਰੂਆਂ ਦੀ ਰਿਹਾਈ ਲਈ ਕੋਈ ਚੱਜ ਹਾਲ ਦੀ ਗੱਲ ਨਹੀਂ ਕੀਤੀ। ਇਹ ਤੋਂ ਬਿਨਾਂ ਜਿਹੜਾ ਇੱਕ ਹੋਰ ਮਸਲਾ ਉਹ ਇਹ ਹੈ ਵੀ ਅਗਨੀਵੀਰ ਇੱਕ ਇਹਨਾਂ ਨੇ ਪਲਾਨ, ਇੱਕ ਸਕੀਮ ਸ਼ੁਰੂ ਕੀਤੀ ਆ ਜਿਹਦੇ ਚ ਥੋੜੇ ਜਿਹੇ ਟਾਈਮ 4 ਸਾਲ ਲਵਾ ਕੇ ਬੰਦੇ ਨੂੰ ਫੌਜ ਦੇ ਵਿੱਚੋਂ ਫਾਰਗ ਕਰ ਦਿਆ ਕਰਨਾ। ਉਹਦਾ ਜਦੋਂ ਏਜੰਡਾ ਆਇਆ ਪਿਛਲੇ ਸਾਲ, ਬੜਾ ਰੌਲਾ ਪਿਆ ਕਿ ਇਹ ਤਾਂ ਤੁਸੀਂ ਆਮ ਭਾਰਤੀਆਂ ਨੂੰ 4 ਸਾਲ ਦੇ ਵਿੱਚ ਪੂਰੀ ਤਰ੍ਹਾਂ ਟ੍ਰੇਨਡ ਕਰ ਦਿਆ ਕਰਨਾ, ਜਦੋਂ ਉਹ ਪੂਰੀ ਤਰ੍ਹਾਂ ਅਸਲਾ ਚਲਾਉਣ ਦਾ ਸਾਰੀ ਜਿਹੜੀ ਐਕਸਰਸਾਈਜ਼ ਦਾ ਇੱਕ ਪੂਰੀ ਤਰ੍ਹਾਂ ਟ੍ਰੇਨਡ ਬੰਦਾ ਹੋਊ, ਉਹਨੂੰ ਤੁਸੀਂ ਸਮਾਜ ਵਿੱਚ ਛੱਡ ਦੇਣਾ, ਕੰਮ ਇੱਥੇ ਮਿਲਦਾ ਕੋਈ ਨਹੀਂ, ਤੇ ਫਿਰ ਨਤੀਜਾ ਕੀ ਨਿਕਲੂ, ਉਹ ਬੰਦਾ ਕੋਈ ਪੁੱਠੇ ਕੰਮ ਕਰੂ, ਗਰੋਹ ਬਣਾ ਕੇ ਬਦਮਾਸ਼ੀਆਂ ਕਰੂ। ਤੇ ਇਸ ਗੱਲ ਨੂੰ ਲੋਕ ਉਦੋਂ ਜਦੋਂ ਕਹਿੰਦੇ ਸੀ ਤੇ BJP ਵਾਲੇ ਬਿਲਕੁਲ ਇਸ ਗੱਲ ਦੇ ਨੇੜੇ ਨਹੀਂ ਸੀ ਆਉਣ, ਪਰ ਇੱਕ ਚਾੜਦਾ ਚੰਦ ਆ ਖਬਰ, ਇੱਥੇ ਅੱਜ ਕੱਲ੍ਹ ਬੜਾ ਰੌਲਾ ਪਿਆ ਹੋਇਆ, ਇੱਕ ਗੈਂਗ ਫੜਿਆ 2-3 ਬੰਦਿਆਂ ਦਾ, ਜਿਹਦਾ ਲੀਡਰ ਜਿਹੜਾ ਹੈ ਉਹ ਅਗਨੀਵੀਰ, ਉਹਦਾ ਨਾਂ ਹੈਗਾ ਇਸ਼ਮੀਤ ਸਿੰਘ ਉਰਫ ਇਸ਼ੂ। ਉਹ ਛੁੱਟੀ ਆਇਆ ਸੀਗਾ ਤੇ ਉਹਨੇ ਪੰਜਾਬ ਦੇ ਗੈਂਗ ਬਣਾ ਲਿਆ ਤੇ
ਚੱਕ ਤੇ ਫੱਟੇ ਜਿੰਨੀਆਂ ਕੋ ਤੋਂ ਲੁੱਟਾ ਖੋਹਾਂ ਵਾਰਦਾਤਾਂ ਹੁੰਦੀਆਂ ਸੀ ਉਹਨੇ ਕੀਤੀਆਂ, ਫੜਿਆ ਤਾਂ ਗਿਆ। ਜਦੋਂ ਸਾਰੀ ਗੱਲ ਖੁੱਲੀ ਵੀ ਉਹਨੇ ਪਿਸਤੌਲ ਖਰੀਦ ਕੇ ਗਰੋਹ ਬਣਾਇਆ, ਬੰਦੇ ਲੱਗੇ ਨਾਲ ਜੋੜੇ, ਵਾਰਦਾਤਾਂ ਕੀਤੀਆਂ, ਕਹਿੰਦੇ ਜੀ ਦਾ ਅਗਨੀਵੀਰ ਆ। ਸੋ ਜਿਹੜਾ ਇਹ ਮਾਹੌਲ ਆ ਬਈ ਅਗਨੀਵੀਰ ਤਿਆਰ ਕਰਕੇ ਸਮਾਜ ਦੇ ਵਿੱਚ ਛੱਡੇ ਜਾ ਰਹੇ ਨੇ, ਤੇ ਜਿਹਨਾਂ ਨੇ ਚੰਦ ਕੀ ਚਾੜਨਾ, ਚੰਦ ਆਹੀ ਚਾੜਨੇ ਆ, ਜਿਹੜਾ ਇੱਥੇ ਇਹ ਬੰਦੇ ਦੇ ਰਾਹੀਂ ਗੱਲ ਜ਼ਾਹਿਰ ਹੋਈ ਹੈ। ਖੈਰ ਅੱਜ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹਾਂ ਤਾਂ ਉਦੋਂ ਇੱਕ ਹੋਰ ਇੱਥੇ ਚੱਕਰ ਚੱਲਦਾ, ਕੱਲ ਵੀ ਗੱਲ ਕੀਤੀ, ਅੱਜ ਫਿਰ ਕੁਛ ਵੀਡੀਓ ਸਾਹਮਣੇ ਆਈਆਂ ਨੇ, ਜਿਹੜਾ ਕਾਵੜੀਆਂ ਵਾਲਾ ਚੱਲਦਾ। ਉਹਦੇ ਵਿੱਚ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਤੁਰ ਕੇ ਕਿਸੇ ਪਾਸੇ ਨੂੰ ਜਾਂਦੇ ਆ, ਉਹਨਾਂ ਦੀ ਹਿੰਦੂਆਂ ਦੀ ਕੋਈ ਰਵਾਇਤ ਆ, ਚਲੋ ਜੋ ਮਰਜ਼ੀ ਹੈ, ਪਰ ਇਹ ਰਸਤੇ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਕਰਦੇ ਆ। ਪਹਿਲਾਂ ਤਾਂ ਰੱਫੜ ਸਰਕਾਰ ਨੇ ਪਾਤਾ ਵੀ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਦੁਕਾਨਾਂ ਤੇ ਲਾਓ, ਉਹ ਚਲੋ ਅਦਾਲਤ ਵਿੱਚ ਗਿਆ, ਪਰ ਹੁਣ ਅੱਜ ਵੀਡੀਓਜ਼ ਆਈਆਂ ਨੇ ਕਿ ਥਾਂ ਥਾਂ ਦੇ ਉੱਤੇ ਇਹ ਜਿਹੜੇ ਕਾਵੜੀਆਂ ਵਾਲੇ ਨੇ, ਇਹ ਜਦੋਂ ਕਿਸੇ ਮੁਸਲਮਾਨ ਦੀ ਕੋਈ ਕਾਰ ਮੋਟਰਸਾਈਕਲ ਕੋਈ ਸਕੂਟਰ ਦੇਖਦੇ ਆ, ਉਹਨੂੰ ਬੰਦਿਆਂ ਨੂੰ ਕੁੱਟਦੇ ਮਾਰਦੇ ਆ ਤੇ ਡਾਂਗਾਂ ਨਾਲ ਪੂਰੀ ਗੁੰਡਾਗਰਦੀ ਕਰਦੇ ਜਾ ਰਹੇ। ਥਾਂ ਥਾਂ ਦੇ ਉੱਤੇ ਇਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਕਿ ਲੋਕਾਂ ਦਾ ਜੌੜਾ ਦੁੱਬਰ ਕੀਤਾ ਪਿਆ ਤੇ ਨਸ਼ਾ ਧਤੂਰਾ ਭੰਗ ਤੇ ਹੋਰ ਲੱਲੜ ਪੱਲੜ ਖਾ ਕੇ ਪੂਰੀ ਗੁੰਡਾਗਰਦੀ ਜਿਹੜੀ ਆ ਉਹ ਕਰ ਰਹੇ ਨੇ। ਸੋ ਇਹ ਆਪਾਂ ਕੱਲ ਵੀ ਗੱਲ ਕੀਤੀ ਸੀ, ਅਸਲ ਵਿੱਚ ਇਹਨਾਂ ਨੇ ਇਹ ਤਿਉਹਾਰ ਜਿਹੜਾ ਹੈ ਇਹਦੇ ਬਹਾਨੇ ਹਿੰਦੂ ਤਵੀਆਂ ਦੇ ਅੰਦਰ ਜੋਸ਼ ਭਰ ਲਈ ਕਿ ਕੱਲ ਕਲਾਂ ਨੂੰ ਜੇ ਆਪਾਂ ਨੂੰ ਵੱਡੇ ਪੱਧਰ ਦੇ ਉੱਤੇ ਮੁਸਲਮਾਨਾਂ ਦਾ ਕਤਲੇਆਮ ਕਰਨਾ ਪੈ ਜੇ, ਕੰਮ ਕੱਚਾ ਨਾ ਰਹਿ ਜੇ, ਉਸ ਮੌਕੇ ਲਈ ਇਹਨਾਂ ਦਾ ਤਿਆਰੀ ਕੀਤੀ ਜਾਵੇ। ਸੋ ਜਿਹੜੀ ਇਸ ਜਿਵੇਂ ਉਹ ਜਿਹੜਾ ਅਮਿਤ ਸ਼ਾਹ ਉਹ ਕਰੋਨੋਲੋਜੀ ਸਮਝਾਉਂਦਾ ਹੁੰਦਾ ਕਿ ਹੋ ਕੀ ਰਿਹਾ, ਕੁਛ ਗੁੰਡੇ ਬਣਾਏ ਜਾ ਰਹੇ ਨੇ ਕਾਵੜੀਆਂ ਦੇ ਰਾਹੀਂ, ਕੁਛ ਗੁੰਡੇ ਅਗਨੀਵੀਰ ਦੇ ਰਾਹੀਂ, ਕੁਛ ਗੁੰਡੇ ਭਾਜਪਾ ਦੇ ਬਜਰੰਗ ਦਲ ਤੇ ਹੋਰਨਾਂ ਰਾਹੀਂ ਬਣਾਉਣੇ ਸ਼ੁਰੂ ਕੀਤੇ ਹੋਏ ਨੇ। ਇਹ ਸਾਰੀ ਜਿਹੜੀ ਹਿੰਦੂ ਸੈਨਾ ਭਗਵਾਂ ਬ੍ਰਿਗੇਡ ਤਿਆਰ ਕਰ ਰਿਹਾ, ਇਹਦਾ ਅਸਲ ਨਿਸ਼ਾਨਾ ਜਿਹੜਾ ਕੀ ਆ, ਉਹ ਹੈਗਾ ਮੁਲਕ ਦੇ ਵਿੱਚ ਇੱਕ ਵਾਰੀ ਘੱਟ ਗਿਣਤੀਆਂ ਦੇ ਉੱਤੇ ਹਮਲਾ ਬੋਲਣਾ। ਇਸ ਮੌਕੇ ਉਹਨਾਂ ਦਾ ਨਿਸ਼ਾਨਾ ਮੁਸਲਮਾਨ ਨੇ, ਪਰ ਵਾਰੀ ਜਿਹੜੀ ਹੈਗੀ ਆ ਉਹ ਸਿੱਖਾਂ ਦੀ ਤੇ ਹਿੰਦੂਆਂ ਦੀ ਈਸਾਈਆਂ ਦੀ ਵੀ ਆਉਣੀ ਹੈ, ਦਲਿਤ ਤਾਂ ਉਹਨਾਂ ਦੇ ਸਦਾ ਨਿਸ਼ਾਨੇ ਤੇ ਰਹਿੰਦੇ ਆ। ਤੇ ਜਦੋਂ ਅਸੀਂ ਇਹ ਗੱਲਾਂ ਜ਼ਾਹਿਰ ਕਰਦੇ ਹਾਂ ਉਦੋਂ ਲੋਕ ਸੁਣਦੇ ਤਾਂ ਹੈਗੇ ਆ ਪਰ ਪੂਰਾ ਅਸਰ ਨਹੀਂ ਕਰਦੇ। ਤੇ ਸਾਡੀ ਆਪਣੀ ਕੌਮ ਨੂੰ ਬੇਨਤੀ ਇਹੀ ਆ ਕਿ ਗੁਆਂਢੀਆਂ ਦੇ ਨਾਲ ਜਿਹੜਾ ਹੋ ਰਿਹਾ ਨਾ ਉਹ ਆਪਾਂ ਸਮਝ ਲਓ ਕਿ ਆਪਣੇ ਨਾਲ ਵੀ ਹੋ ਸਕਦਾ। ਸੋ ਬੜੇ ਜ਼ਰੂਰੀ ਆ ਕਿ ਆਪਾਂ ਆਪਦੀ ਤਿਆਰੀ ਰੱਖੀਏ, ਕਿਉਂਕਿ ਇਹ ਜਿਹੜਾ ਹਿੰਦੂ ਤਵੀ ਅਨੁਵਾਦ ਆ ਇਹ ਭੀੜ ਦੇ ਵਿੱਚ ਜ਼ਿਆਦਾ ਕੰਮ ਕਰਦਾ। ਸਿੱਖਾਂ ਦੀ ਰਵਾਇਤ ਹੋਰ ਆ, ਸਿੱਖ ਤਾਂ ਇਕੱਲੇ ਤੇ ਇਕੱਲੇ ਪੰਗਾ ਲੈ ਕੇ ਗੱਲ ਸਿਰੇ ਚਾੜਦੇ ਆ, ਪਰ ਇਹ ਹਿੰਦੂ ਤਵੀਆਂ ਦਾ ਕੰਮ ਹੋਰ ਆ। ਖੈਰ ਅੱਜ ਇੱਥੇ ਇੱਕ ਬੜਾ ਰਫੜ ਪਿਆ ਹੋਇਆ ਅਖਬਾਰਾਂ ਚ ਕਿ ਜੀ ਮੁੱਖ ਮੰਤਰੀ ਹੁੰਦਾ ਸੀ ਜਦੋਂ ਬਾਦਲ, ਉਹਨੇ ਤਾਂ ਕਹਿੰਦੇ ਉਦੋਂ ਹੀ 9 ਸਾਲ ਹੋ ਗਏ 2015 ਚ 17 ਅਕਤੂਬਰ ਨੂੰ ਜਥੇਦਾਰ ਨੂੰ ਮਿਲ ਕੇ ਚਿੱਠੀ ਦੇ ਦਿੱਤੀ ਸੀਗੀ ਵੀ ਬੜਾ ਮਾੜਾ ਹੋ ਗਿਆ ਜੀ ਜਿਹੜਾ ਬੇਅਦਬੀਆਂ ਹੋ ਗਈਆਂ, ਬਰਗਾੜੀ ਵਾਪਰ ਗਿਆ। ਹੁਣ ਇਸ ਗੱਲ ਦੇ ਨਾਲ ਅਸਲ ਵਿੱਚ ਬਾਦਲ ਦਲ ਕੀ ਕਹਿ ਰਿਹਾ, ਉਹ ਕਹਿ ਰਿਹਾ ਜੇ ਤੁਸੀਂ ਤਾਂ ਐਵੇਂ ਹੀ ਕਰੀ ਜਾਂਦੇ ਹੋ ਵੀ ਮਾਫ਼ੀ ਮੰਗੋ। ਮਾਫ਼ੀ ਤਾਂ ਬਾਦਲ ਸਾਹਿਬ ਨੇ 17 ਅਕਤੂਬਰ 2015 ਨੂੰ ਵੀ ਮੰਗ ਲਈ ਸੀ।
ਰਾਤ ਪੀਟੀਸੀ ਚੈਨਲ ਦੇ ਉੱਤੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਦਾ ਲੀਡਰ ਹੈ ਉਹਨੇ ਆਪਦਾ ਲੰਬਾ ਚੌੜਾ ਇੱਕ ਪੱਖ ਰੱਖਿਆ ਜਿਹਨੂੰ ਦੇਖਣ ਤੋਂ ਬਾਅਦ ਸਾਫ਼ ਲੱਗਦਾ ਕਿ ਉਹ ਉੱਥੇ ਹੀ ਖੜੇ ਆ ਜਿੱਥੇ ਅੱਜ ਤੋਂ 10 ਸਾਲ 9 ਸਾਲ ਪਹਿਲਾਂ ਖੜੇ ਸੀ। ਉਹ ਕਹਿੰਦੇ ਆ ਵੀ ਐਵੇਂ ਲੋਕ ਉਭਾਰੀ ਜਾਂਦੇ ਆ ਗੱਲ ਨੂੰ, ਮਾਫ਼ੀ ਤਾਂ ਅਸੀਂ ਪਹਿਲਾਂ ਹੀ ਮੰਗਣੀ ਸੀ। ਪਰ ਉਹਨੇ ਐਂਕਰ ਨੇ ਮੁੜ ਕੇ ਹਰਪ੍ਰੀਤ ਸਿੰਘ ਨੇ ਇਹ ਨਹੀਂ ਪੁੱਛਿਆ ਵੀ ਲੋਕ ਤਾਂ ਕੋਈ ਤੁਹਾਨੂੰ ਕਹਿੰਦੇ ਨਹੀਂ ਕੁਛ, ਹੁਣ ਲੋਕਾਂ ਨੇ ਤਾਂ ਮਿਥ ਲਿਆ ਵੀ ਤੁਹਾਨੂੰ ਵੋਟ ਨਹੀਂ ਪਾਉਣੀ, ਹੁਣ ਲੋਕ ਨਹੀਂ ਕਹਿੰਦੇ ਹੈਗੇ, ਸੰਗਤ ਨਹੀਂ ਕਹਿੰਦੀ, ਪੰਥ ਨਹੀਂ ਕਹਿੰਦਾ ਹੈਗਾ ਵੀ ਤੁਸੀਂ ਜੀ ਜਾ ਕੇ ਮਾਫ਼ੀ ਮੰਗੋ। ਲੋਕਾਂ ਨੇ ਤਾਂ ਆਪਦਾ ਢੁੱਡ ਤਾਂ ਖੜਾ ਛੱਡਤਾ। ਸੱਚਾਈ ਇਹ ਆ ਕਿ ਜਿਹੜੇ ਲੀਡਰਾਂ ਨੂੰ ਇਹ ਲੱਗਦਾ ਕਿ ਇਹਨਾਂ ਦਾ ਤਾਂ ਸਰਜੂ ਸਾਡਾ ਸਿਆਸੀ ਕੈਰੀਅਰ ਖਤਮ ਆ, ਉਹ ਹੁਣ ਅਕਾਲ ਤਖ਼ਤ ਤੇ ਆਏ ਨੇ ਤੇ ਅਕਾਲ ਤਖ਼ਤ ਤੇ ਉਹਨਾਂ ਨੂੰ ਕੀ ਲੱਭਦਾ ਕੀ ਮਿਲਦਾ ਉਹ ਤਾਂ ਬਾਅਦ ਦੀ ਗੱਲ ਆ। ਪਰ ਜਿਹੜੀ ਇਸ ਮੌਕੇ ਇਹ ਗੱਲ ਚਲਾਈ ਜਾ ਰਹੀ ਆ ਕਿ ਅਸੀਂ ਤਾਂ ਜੀ ਇੱਕ ਤਾਂ ਤੇ ਪਾਠ ਰਖਾ ਕੇ ਕੇਸਗੜ੍ਹ ਸਾਹਿਬ ਮਾਫ਼ੀ ਮੰਗੀ ਸੀ, ਅਸੀਂ ਤਾਂ ਜੀ ਇੱਕ ਵਾਰੀ ਫਿਰ ਭਾਂਡੇ ਮਾਂਜੇ ਸੀ, ਅਸੀਂ ਤਾਂ ਜੀ ਇੱਕ ਵਾਰੀ ਜੋੜੇ ਮਾਂਜ ਲਏ ਸੀ। ਜਾਣੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਲੀਡਰਸ਼ਿਪ ਦੇ ਵੱਲੋਂ ਸਾਰੀ ਸਿੱਖ ਕੌਮ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਤਸੱਲੀ ਹੋਈ ਨੀ ਤੁਹਾਡੀ ਹੁੰਦੀ, ਅਸੀਂ ਕੀ ਕਰੀਏ, ਅਸੀਂ ਤਾਂ ਬੜੀ ਵਾਰ ਮਾਫ਼ੀ ਮੰਗੀ, ਅਸੀਂ ਤਾਂ ਕਹਿੰਦਾ ਮਾਫ਼ੀਆਂ ਮੰਗ ਮੰਗ ਕੇ ਅੱਕੇ ਪਏ ਹਾਂ, ਹੰਭੇ ਪਏ ਹਾਂ, ਤੁਸੀਂ ਮੰਨਦੇ ਹੀ ਨਹੀਂ। ਸੱਚਾਈ ਇਹ ਆ ਕਿ ਜਿਹੜਾ ਕਮੀਨਾਪਣ ਉਸ ਮੌਕੇ ਸੀ ਜਿੱਦਣ ਇਹਨਾਂ ਨੇ ਸਲਾਵਤਪੁਰੇ ਵਾਲੇ ਕੇਸ ਨੂੰ ਵਾਪਸ ਲਿਆ ਸੀ, ਜਿਹੜਾ ਇਹਨਾਂ ਨੇ ਉਦਣ ਕਮੀਨਾਪਣ ਦਿਖਾਇਆ ਸੀ ਜਿੱਦਣ ਇਹਨਾਂ ਕੋਲੇ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਣ ਦੀ ਖਬਰ ਉੱਤੇ ਪਹੁੰਚੀ ਸੀ। ਇੱਕ ਸਿੱਖ ਲਈ ਇਹਦੇ ਨਾਲੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਕਿ ਸਾਡਾ ਐਸਟ ਚੋਰੀ ਹੋ ਗਿਆ, ਪਰ ਪੂਰੇ ਬਾਦਲ ਦਲ ਨੇ ਮਿਥ ਲਿਆ ਤੇ ਥੱਲੇ ਪੁਲਿਸ ਨੂੰ ਸੁਨੇਹਾ ਲਾਤਾ ਵੀ ਜਿਹੜਾ ਵੀ ਇਸ ਮੁੱਦੇ ਨੂੰ ਚੱਕੇ ਚੰਗੀ ਤਰ੍ਹਾਂ ਛਤਰ ਫੇਰੋ। ਬਹੁਤ ਕੁੱਟ ਕਟਾਪਾ ਹੋਇਆ ਜਦੋਂ ਉੱਥੇ ਜੂਨ ਦੇ ਪਹਿਲੇ ਹਫ਼ਤੇ ਸਿੱਖਾਂ ਨੇ ਇਸ ਮਸਲੇ ਉੱਤੇ ਸਰਗਰਮੀ ਕੀਤੀ। ਮੈਨੂੰ ਉਹ ਗੱਲ ਕੱਲ ਵਾਂਗੂ ਚੇਤੇ ਆ, ਮੈਂ ਆਪਦੇ ਪਰਿਵਾਰ ਦੇ ਨਾਲ ਇੱਥੇ ਇੱਕ ਆਪਦਾ ਘਰ ਦਾ ਸਮਾਨ ਸੁੱਤਾ ਖਰੀਦਣ ਲਈ ਖੜਿਆ ਸੀ ਜਦੋਂ ਮੈਨੂੰ ਉੱਥੋਂ ਸਾਡੇ ਕਿਸੇ ਸੱਜਣ ਦਾ ਫੋਨ ਆਇਆ ਕਿ ਇੱਥੇ ਜੀ ਸਾਡੇ ਬੁਰਜ ਜਵਾਹਰ ਕੇ ਤੋਂ ਜਿਹੜਾ ਸਰੂਪ ਚੋਰੀ ਹੋਇਆ ਉਹਦੇ ਲਈ ਅਸੀਂ ਪ੍ਰੋਟੈਸਟ ਰੱਖਿਆ, ਤੇ ਉਦੋਂ ਉੱਥੇ ਬਹੁਤ ਕੁੱਟ ਕਟਾਪਾ ਹੋਇਆ ਸੀ ਤੇ ਇਸ ਗੱਲ ਨੂੰ ਕਿਹਨੇ ਕਰਾਇਆ ਸੀ ਉਦੋਂ? ਆਹੀ ਕਮੀਨਾਪਣ ਜਿਹੜਾ ਅੱਜ ਕਰ ਰਹੇ ਨੇ ਕਿ ਜਿਸ ਦਾ ਮਾਫ਼ੀ ਮੰਗ ਲਈ ਸੀ। ਉਦੋਂ ਬਾਅਦ ਚ ਉਹਨਾਂ ਨੇ ਵਰਕੇ ਲਿਖ ਕੇ ਲਾਏ, ਸਾਰੀ ਦੁਨੀਆਂ ਚ ਲਲਕਾਰਾ ਮਾਰਿਆ ਕਿ ਤੁਹਾਡੇ ਸਰੂਪ ਦੇ ਗੁਰੂ ਦੇ ਅੰਗ ਅੰਗ ਕਰਕੇ ਖਿਲਾਰਾਂਗੇ, ਫਿਰ ਉਹਨਾਂ ਨੇ ਖਿਲਾਰੇ ਵੀ। ਉਦੋਂ ਵੀ ਇਹਨਾਂ ਦਾ ਕਮੀਨਾਪਣ ਸਿਖਰ ਤੇ ਸੀ, ਉਦੋਂ ਵੀ ਸਾਰੇ ਬਾਦਲ ਦਲ ਦਾ ਇੱਕ ਨਕਾਤੀ ਪ੍ਰੋਗਰਾਮ ਸੀਗਾ ਵੀ ਜਿਹੜਾ ਬਰਗਾੜੀ ਤੇ ਬਹਿਬਲ ਦੀ ਗੱਲ ਕਰੇ ਉਹਨੂੰ ਛਤਰ ਫੇਰੋ, ਉਹਨੂੰ ਕੁੱਟੋ ਮਾਰੋ, ਉਹਨੂੰ ਪੁਲਿਸ ਮਗਰ ਪਾ ਦਿਓ। ਉਹਨਾਂ ਦਿਨਾਂ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਚੀਜ਼ ਜਿਹੜਾ ਸੋਸ਼ਲ ਮੀਡੀਆ ਉੱਤੇ ਪੈਸੇ ਦੇ ਕੇ ਭਰਤੀ ਕੀਤੇ ਕੁਛ ਬੰਦੇ ਕਿ ਸਿੱਖਾਂ ਨੂੰ ਗਾਲਾਂ ਕੱਢਿਆ ਕਰੋ, ਔਰ ਉਹ ਬਹੁਤ ਸਾਰੇ ਨੌਜਵਾਨ ਜਿਹੜੇ ਆ ਗਰੀਬੀ ਦੇ ਮਾਰੇ ਹੋਏ ਇਹਨਾਂ ਨੇ ਭਰਤੀ ਕੀਤੇ ਜਿਹੜੇ ਅੱਜ ਰੋਂਦੇ ਫਿਰਦੇ ਹੋਣੇ ਆ ਵਿਚਾਰੇ ਵੀ ਅਸੀਂ ਉਹਨਾਂ ਸਿੱਖਾਂ ਨੂੰ ਗੰਦ ਵਗਦੇ ਹੁੰਦੇ ਸੀ ਜਿਹੜੇ ਪੰਥ ਦੀ ਗੱਲ ਕਰਦੇ ਸੀ, ਕੌਮ ਦੀ ਗੱਲ ਕਰਦੇ ਸੀ। ਉਸ ਤੋਂ ਬਾਅਦ ਵਿੱਚ ਇਹਨਾਂ ਨੇ ਪੂਰਾ ਕਮੀਨਾਪਣ ਦਿਖਾਇਆ, ਸਰਸੇ ਵਾਲਿਆਂ ਦੀਆਂ ਵੋਟਾਂ ਲੈਣੀਆਂ ਜੀ, ਪੰਥ ਦੀ ਐਸੀ ਤੈਸੀ, ਪੰਥ ਤੋਂ ਅਸੀਂ ਕੀ ਲੈਣਾ, ਸਾਨੂੰ ਪੰਥ ਨੇ ਵੋਟ ਪਾਉਣੀ ਹੋਈ ਨੀ। ਤੇ ਉਸ ਮੌਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਅਕਾਲੀ ਲੀਡਰਸ਼ਿਪ ਇਹ ਘਿਓ ਖਿਚੜੀ ਸੀ ਆਪਸ ਵਿੱਚ।
ਇਸੇ ਘਿਓ ਖਿਚੜੀ ਵਿੱਚੋਂ ਹੀ ਉਹ ਨਿਕਲਿਆ ਨਾ ਵੀ ਉਧਰੋਂ ਤਾਂ ਪੰਥ ਕਲਪਦਾ ਫਿਰਦਾ ਸੀ, ਸਰੂਪ ਚੋਰੀ ਹੋ ਗਿਆ, ਇਹ ਇੱਥੇ ਮਾਪਿਆਂ ਦਿੰਦੇ ਫਿਰਦੇ ਸਰਸੇ ਵਾਲੇ ਨੂੰ। ਜਾਂ ਤਾਂ ਪੁਲਿਸ ਉਹਨਾਂ ਸਿਨਮਿਆਂ ਦੀ ਰਾਖੀ ਤੇ ਲਾਈ ਹੋਈ ਸੀ ਜਿੱਥੇ ਸਰਸੇ ਵਾਲੇ ਦੀ ਫਿਲਮ ਚੱਲਣੀ ਸੀ, ਜਾਂ ਪੁਲਿਸ ਉਹਨਾਂ ਸਿੱਖਾਂ ਨੂੰ ਲੱਭਦੀ ਫਿਰਦੀ ਸੀ ਜਿਹੜੇ ਬੁਰਜ ਜਵਾਹਰ ਕੇ ਤੋਂ ਚੋਰੀ ਹੋਏ ਸਰੂਪ ਦੇ ਲਈ ਇਨਸਾਫ਼ ਦੀ ਮੰਗ ਕਰਦੇ ਸੀ। ਖੈਰ ਉਸ ਤੋਂ ਬਾਅਦ ਵਿੱਚ ਇਹਨਾਂ ਲੋਕਾਂ ਨੇ ਜਦੋਂ ਦੇਖਿਆ ਕਿ ਹੁਣ ਸਿੱਖ ਜਗਤ ਤਾਂ ਸਭ ਤੋਂ ਪੂਰੀ ਤਰ੍ਹਾਂ ਦੁਖੀ ਹੈ, ਇਹਨਾਂ ਨੇ ਇਸ ਗੱਲ ਦਾ ਹੱਲ ਨਹੀਂ ਕੱਢਣਾ ਚਾਹਿਆ। ਅੱਜ ਆਹ ਦਲਜੀਤ ਸਿੰਘ ਚੀਮਾ ਤੇ ਹੋਰ ਸਾਰੇ ਜਾਣੇ ਲੱਗੇ ਹੋਏ ਨੇ ਕਿ ਜੀ ਅਸੀਂ ਤਾਂ ਮਾਫ਼ੀ ਮੰਗ ਲਈ ਸੀ। ਇਹਨਾਂ ਦਾ ਸਭ ਤੋਂ ਪਹਿਲਾ ਕੰਮ ਤਾਂ ਇਹ ਬਣਦਾ ਸੀ ਕਿ ਜਥੇਦਾਰ ਗੁਰਬਚਨ ਸਿੰਘ ਨੂੰ ਲਾਂਭੇ ਕਰਨ, ਪਰ ਪੰਥ ਪਿੱਟ ਕੇ ਮਰ ਗਿਆ, ਅੱਕ ਕੇ ਆਪੇ ਕਹਿਣੋਂ ਹਟ ਗਿਆ। ਤੇ ਜਦੋਂ ਸਿੱਖ ਜਾਣੋਂ ਹਟ ਗਏ, ਇਹ ਗੱਲ ਵੱਖਰੀ ਆ ਕਿ ਚੱਬੇ ਵਾਲੇ ਜਥੇਦਾਰ ਜਿਹੜੇ ਸੀ ਉਹ ਕਾਮਯਾਬ ਨਾ ਹੋ ਸਕੇ, ਉਹਨਾਂ ਦੀਆਂ ਆਪਦੀਆਂ ਸੀਮਾਵਾਂ ਨੇ, ਉਹ ਇੱਕ ਵੱਖਰੀ ਕਥਾ। ਪਰ ਪੰਥ ਨੇ ਅਕਾਲ ਤਖ਼ਤ ਸਾਹਿਬ ਤੇ ਬੈਠੇ ਜਥੇਦਾਰ ਗੁਰਬਚਨ ਸਿੰਘ ਨੂੰ, ਬਾਦਲਾਂ ਦੇ ਥੋਪੇ ਜਥੇਦਾਰ ਨੂੰ ਲੈ ਕੇ ਜੋ ਸੰਤਾਪ ਭੋਗਿਆ, ਇਹ ਉਦੋਂ ਇਹ ਦਿਖਾਉਂਦੇ ਸੀ ਆ ਕਮੀਨੇ ਅੱਜ ਜਿਹੜੀ ਕਮੀਨਗੀ ਫੇਰ ਜ਼ਾਹਿਰ ਕਰ ਰਹੇ ਨੇ ਕਿ ਜੀ ਅਸੀਂ ਤਾਂ ਮਾਫ਼ੀ ਮੰਗ ਲਈ ਸੀ, ਕਿ ਸਿੱਖੋ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਤਾਂ ਖੜੇ ਹਾਂ ਡਟ ਕੇ, ਸਰਸੇ ਵਾਲਿਆਂ ਦੇ ਨਾਲ ਖੜੇ ਹਾਂ, ਚਾਹੇ ਉੱਥੇ ਸਾਨੂੰ ਵੋਟ ਪਵੇ ਚਾਹੇ ਨਾ ਪਵੇ, ਸਰਕਾਰ ਬਣੇ ਚਾਹੇ ਨਾ ਬਣੇ, ਅਸੀਂ ਨੀ ਪੰਥ ਵੱਲ ਆਉਂਦੇ, ਅਸੀਂ ਨਾ ਜਥੇਦਾਰ ਬਦਲੀਏ ਨਾ ਅਸੀਂ ਸਰਸੇ ਵਾਲਿਆਂ ਵੱਲੋਂ ਹਟੀਏ। ਜਿਹੜੇ ਭੈਣ ਭਰਾ ਦੂਰ ਦੁਰਾਡੇ ਬੈਠੇ ਆ ਉਹਨਾਂ ਨੂੰ ਸ਼ਾਇਦ ਇਹ ਗੱਲ ਦਾ ਘੱਟ ਪਤਾ ਹੋਵੇ ਕਿ ਇੱਕ ਜਥੇਬੰਦੀ ਬਣਾਈ ਸੀ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਸੁਖਬੀਰ ਬਾਦਲ ਤੇ ਵਿਕਰਮਜੀਤ ਮਜੀਠੀਏ ਨੇ, ਰਾਜੂ ਖੰਨਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਉਹਦਾ ਪ੍ਰਧਾਨ ਬਣਾਇਆ ਸੀ। ਇਹ ਸਾਰਾ ਜਿਹੜਾ ਬ੍ਰਿਗੇਡ ਸੀ ਜਿਹੜਾ ਸੋਈ ਵਾਲਾ, ਇਹ ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਿੱਖ ਸੰਘਰਸ਼ ਦੇ ਦਿਨਾਂ ਚ ਆਪਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਹਾ, ਉਸ ਫੈਡਰੇਸ਼ਨ ਨੂੰ ਖਤਮ ਕਰਨ ਲਈ, ਉਸ ਫੈਡਰੇਸ਼ਨ ਦਾ ਇੱਕ ਇਹਨਾਂ ਦੇ ਦਿਮਾਗ ਤੇ ਰਹਿੰਦਾ ਸੀ ਕਿ ਇਹ ਪੰਥਕ ਨੇ, ਕੌਮੀ ਦਰਦ ਰੱਖਦੇ ਨੇ, ਕਦੇ ਕਦੇ ਸਾਨੂੰ ਇਹਨਾਂ ਕਰਕੇ ਬਿਰਤਾ ਪੈ ਜਾਂਦੀ ਆ, ਕੌਮ ਦੀ ਗੱਲ ਕਰਦੇ ਆ, ਇਹਦੀ ਥਾਂ ਤੇ ਸਾਨੂੰ ਚਾਹੀਦੇ ਆ ਲੰਡੂ ਲਾਣਾ ਜਿਹੜੇ ਭੌਂਕੜ ਹੋਣ, ਗੱਲ ਨਾ ਸੁਣਨ, ਨਸ਼ਾ ਨੁਸ਼ਾ ਕਰਕੇ ਕਬਜ਼ੇ ਕਰ ਲਓ, ਗੁੰਡਾ ਬਦਮਾਸ਼ੀ ਕਰ ਲਓ, ਉਸ ਤਰੀਕੇ ਦਾ ਪੰਜਾਬ ਦਾ ਯੂਥ, ਕਿਉਂਕਿ ਜੇ ਫੈਡਰੇਸ਼ਨ ਦੇ ਰਾਹੀਂ ਜੁੜਾਂਗੇ ਅਸੀਂ ਸਾਰੇ ਫੈਡਰੇਸ਼ਨ ਦੇ ਪ੍ਰੋਡਕਟ, ਜਿਨ੍ਹਾਂ ਦਿਨਾਂ 'ਚ ਅਸੀਂ ਸਕੂਲਾਂ ਕਾਲਜਾਂ 'ਚ ਬੜੇ ਉਦੋਂ ਫੈਡਰੇਸ਼ਨ ਹੀ ਇੱਕ ਸਾਡੇ ਲਈ ਵਾਹਦ ਸਿੱਖ ਨੌਜਵਾਨਾਂ ਲਈ ਪਲੈਟਫਾਰਮ ਹੁੰਦਾ ਸੀ, ਉਹਦੀ ਪਰਚੀ ਕਟਾਉਣੀ, ਗੌਰਮਤ ਟ੍ਰੇਨਿੰਗ ਕੈਂਪ ਲੱਗਣੇ, ਸਿੱਖੀ ਦੀ ਸੋਝੀ ਉਹਨਾਂ ਨੇ ਦੇਣੀ, ਜਿਹੜੇ ਸੀਨੀਅਰ ਹੁੰਦੇ ਸੀਗੇ ਫੈਡਰੇਸ਼ਨ ਵਾਲੇ ਉਹ ਨਵੇਂ ਨੌਜਵਾਨਾਂ ਨੂੰ ਪਿਆਰ ਨਾਲ ਗਲਵੱਕੜੀ 'ਚ ਲੈ ਕੇ ਉਹਨਾਂ ਨੂੰ ਗੁਰਮਤ ਦੇ ਧਾਰਨੀ ਬਣਾਉਂਦੇ ਸੀ, ਫਿਰ ਉਹਨਾਂ ਅੰਦਰ ਸਿੱਖੀ ਸਪਿਰਿਟ ਭਰਦੇ ਸੀ। ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਮਸਲੇ ਹੁੰਦੇ ਸੀ ਵਿਦਿਆਰਥੀਆਂ ਦੇ, ਉਹ ਫੈਡਰੇਸ਼ਨ ਦੀ ਲੀਡਰਸ਼ਿਪ ਚੱਕਦੀ ਸੀ। ਤੋਂ ਫੈਡਰੇਸ਼ਨ ਇੱਕ ਨਵੀਂ ਜਿਹੜੀ ਸੀ ਲੀਡਰਸ਼ਿਪ ਵੀ ਪ੍ਰੋਵਾਈਡ ਕਰਦੀ ਸੀ ਸਿੱਖ ਸਮਾਜ ਨੂੰ। ਬਹੁਤੇ ਜ਼ਿਆਦਾ ਬੀਤੇ ਦੌਰ ਦੇ ਵਿੱਚ ਅਕਾਲੀ ਸਭਾ ਦੇ ਵਿੱਚ ਜਿਹੜੇ ਪੰਥਕ ਕਣ ਵਾਲੇ ਸਿੱਖੀ ਸਪਿਰਿਟ ਵਾਲੇ ਆਗੂ ਨੇ ਉਹ ਫੈਡਰੇਸ਼ਨ ਦੇ ਹੀ ਪੈਦਾ ਕੀਤੇ ਹੋਏ। ਫੈਡਰੇਸ਼ਨ ਨੇ ਬਹੁਤ ਵੱਡੀ ਸੇਵਾ ਜਿਹੜੀ ਆ ਸਿੱਖ ਸਮਾਜ ਦੀ ਕੀਤੀ ਆ।
ਪਰ ਬਾਦਲਕਿਆਂ ਨੂੰ ਇਹ ਲੱਗਿਆ ਕਿ ਆਪਾਂ ਤਾਂ ਬਣਾ ਲਈ ਪੰਜਾਬੀ ਪਾਰਟੀ, ਆਪਾਂ ਤਾਂ ਹੁਣ ਪੰਥਕ ਰਹੇ ਨਹੀਂ, ਤੋ ਆਪਾਂ ਹੁਣ ਕਿਸੇ ਤਰੀਕੇ ਨਾਲ ਇਸ ਗੱਲ ਤੋਂ ਵੀ ਖਹਿੜਾ ਛਡਾਈਏ ਫੈਡਰੇਸ਼ਨ ਤੋਂ। ਸੋ ਸੋਈ ਨਾਂ ਦੀ ਇੱਕ ਜਥੇਬੰਦੀ ਬਣਾਈ ਜਿਹਨੇ ਸਭ ਤੋਂ ਭੈੜਾ ਤੇ ਮਾੜਾ ਰੋਲ ਬਰਗਾੜੀ ਬਹਿਬਲ ਕਾਂਡ ਜਾਂ ਬੇਅਦਬੀਆਂ ਵਾਲੇ ਦੌਰ ਵਿੱਚ ਕੀਤਾ, ਉਹਨਾਂ ਨੇ ਹਰ ਉਸ ਸਿੱਖ ਦਾ ਜਲੂਸ ਕੱਢਿਆ ਜਿਹੜਾ ਕਹਿੰਦਾ ਸੀ ਕਿ ਇਸ ਗੱਲ ਦਾ ਇਨਸਾਫ਼ ਮਿਲਣਾ ਚਾਹੀਦਾ। ਖੈਰ ਅੱਜ ਜਦੋਂ ਆਹ ਝੁੰਡਾ ਕਮੇਟੀ ਆਈ ਹੈ ਇਹਨਾਂ ਦੀ, ਉਦੋਂ ਇਹਨਾਂ ਨੇ ਮੰਨਿਆ ਕਿ ਉਹਨੇ ਬਹੁਤ ਜੀ ਮਾੜਾ ਕੀਤਾ, ਉਦੋਂ ਤਾਂ ਉਹਨੂੰ ਬਹੁਤ ਵਧੀਆ ਮੰਨਦੇ ਰਹੇ। ਖੈਰ ਗੱਲ ਇਹ ਹੈ ਕਿ ਅੱਜ ਇਹ ਡਾਕਟਰ ਦਲਜੀਤ ਸਿੰਘ ਚੀਮਾ ਤੇ ਪੂਰੀ ਅਕਾਲੀ ਲੀਡਰਸ਼ਿਪ ਪੂਰੇ ਖਾਲਸਾ ਪੰਥ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨ ਨੂੰ ਕਰਦੀ ਆ ਕਿ ਤੁਸੀਂ ਸਾਡੀ ਮਾਫ਼ੀ ਮੰਨਦੇ ਹੀ ਨਹੀਂ, ਤੁਹਾਡੀ ਤਸੱਲੀ ਹੋਈ ਨਹੀਂ। ਉਲਟਾ ਦੇਖੋ ਕਹਿਣ ਕੀ ਲੱਗਿਆ, ਬਲੈਕਮੇਲਰ, ਬਲੈਕਮੇਲਿੰਗ ਦੇਖੋ ਕਿਵੇਂ ਦੀ ਚੱਲਦੀ। ਇਹਨਾਂ ਨੂੰ ਪਤਾ ਕਿ ਜਿਹੜਾ ਮਰਜ਼ੀ ਫੈਸਲਾ ਮੌਜੂਦਾ ਜਥੇਦਾਰ ਕਰ ਦੇਵੇ ਸਾਡੇ ਫੈਸਲੇ ਸਾਡੇ ਮਸਲੇ, ਪੰਥ ਦੀ ਤਸੱਲੀ ਨਹੀਂ ਹੋਣੀ। ਇਸ ਕਰਕੇ ਪਹਿਲਾਂ ਹੀ ਪਿੱਟਣ ਲੱਗਿਆ ਹੋਇਆ ਇਹ ਡਾਕਟਰ ਦਲਜੀਤ ਸਿੰਘ ਚੀਮਾ ਤੇ ਹੋਰ ਵੀ ਸਾਰਿਆਂ ਵੱਲੋਂ ਹੀ ਬੋਲ ਰਿਹਾ ਕਿ ਜੀ ਅਸੀਂ ਤਾਂ ਹੁਣ ਚਲੇ ਗਏ, ਅਸੀਂ ਤਾਂ ਪੰਥ ਨੂੰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਬੰਦੇ ਹਾਂ ਨਾ ਜੀ। ਕਹਿੰਦੇ ਅਸੀਂ ਤਾਂ ਉੱਥੇ ਚਲੇ ਗਏ, ਹੁਣ ਜਿਹੜੀ ਵੀ ਸਾਨੂੰ ਉੱਥੋਂ ਤਨਖਾਹ ਲੱਗੂਗੀ ਅਸੀਂ ਭੁਗਤਾਂਗੇ, ਤੇ ਇਹ ਫਿਰ ਫੈਸਲਾ ਜਿਹੜਾ ਹੈਗਾ ਬਾਕੀਆਂ ਨੂੰ ਮੰਨਣਾ ਚਾਹੀਦਾ। ਦੂਜੇ ਪਾਸੇ ਪੰਥਕ ਸੋਚ ਵਾਲੇ ਸਾਰੇ ਜਣਿਆਂ ਨੇ ਅਲੱਗ ਅਲੱਗ ਢੰਗ ਤਰੀਕਿਆਂ ਰਾਹੀਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਜਿੱਡਾ ਵੱਡਾ ਗੁਨਾਹ ਆ, ਇਹ ਐਂ ਨਹੀਂ ਨਿਬੜਨਾ। ਮੈਂ ਤੇ ਬਹੁਤ ਸਾਰੇ ਹੋਰ ਭੈਣ ਭਰਾਵਾਂ ਨੇ ਇਹ ਗੱਲ ਪਿਛਲੇ ਦਿਨਾਂ ਚ ਕਹੀ ਸੀ ਜਦੋਂ ਇਹ ਮਸਲਾ ਆਇਆ ਸੀ ਕਿ ਜੇ ਇਸ ਮਸਲੇ ਦਾ ਕੋਈ ਹੱਲ ਕਰਨਾ ਹੀ ਆ ਤਾਂ ਪੰਜ ਸਿੰਘ ਸਹਿਬਾਨ ਪਹਿਲਾਂ ਪੰਥਕ ਰਾਏ ਲਾ ਬੰਦ ਕਰਨ, ਪੰਥਕ ਇਕੱਤਰਤਾ ਸੱਦੀ ਜਾਵੇ, ਦੁਨੀਆ ਭਰ ਦੇ ਸਿੱਖਾਂ ਦੀ ਇਸ ਮਸਲੇ ਉੱਤੇ ਇਨਵੋਲਵਮੈਂਟ, ਇਹਦੇ ਚ ਦਖਲ ਹੋਣਾ ਚਾਹੀਦਾ। ਸਾਂਝੀ ਰਾਏ ਤੋਂ ਬਾਅਦ ਜਦੋਂ ਪੰਜ ਸਿੰਘ ਸਹਿਬਾਨ ਕੋਈ ਗੱਲ ਕਹਿਣਗੇ ਤਾਂ ਹੋ ਸਕਦਾ ਹੈ ਕਿ ਖਾਲਸਾ ਪੰਥ ਦੀ ਤਸੱਲੀ ਹੋ ਜੇ। ਪਰ ਜਿਹੜਾ ਤਰੀਕਾ ਇਹਨਾਂ ਨੇ ਹੁਣ ਫੜਿਆ ਕਿ ਉਹਨਾਂ ਨੂੰ ਕਹਿਤਾ ਲਿਆਓ ਜੀ ਆਪਦਾ ਸਪਸ਼ਟੀਕਰਨ, ਹਰਜਿੰਦਰ ਸਿੰਘ ਧਾਮੀ ਨੇ ਆਪਦਾ ਵਰਕਾ ਲਿਖ ਕੇ ਲਿਫਾਫੇ 'ਚ ਫੜਾਤਾ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਦਾ ਫੜਾਤਾ ਸਪਸ਼ਟੀਕਰਨ। ਹੁਣ ਉਸ ਸਪਸ਼ਟੀਕਰਨ ਦੇ ਆਧਾਰ ਦੇ ਉੱਤੇ ਇੰਗਲੈਂਡ ਨੂੰ ਚਲੇ ਗਏ ਆ ਵੈਸੇ ਤਾਂ ਗਿਆਨੀ ਰਘਵੀਰ ਸਿੰਘ, ਜਦੋਂ ਆ ਕੇ ਕੋਈ ਗੱਲ ਕਹਿਣਗੇ ਤੇ ਪੰਥ ਦੀ ਤਸੱਲੀ ਨਹੀਂ ਹੋਣੀ। ਤੇ ਇਹ ਕੀ ਕਹਿਣ ਲੱਗੇ ਹੋਏ ਨੇ ਰਘਵੀਰ ਆਪਣਾ ਡਾਕਟਰ ਦਲਜੀਤ ਸਿੰਘ ਚੀਮੇ ਹੋਣੀ ਕਿ ਜੀ ਫਿਰ ਜਿਹੜੇ ਅਕਾਲ ਤਖ਼ਤ ਦੇ ਹੁਕਮ ਨੂੰ ਨਾ ਮੰਨਣ ਉਹ ਤਾਂ ਜੀ ਫਿਰ ਐਂ ਹੋਏ ਤੇ ਬੋ ਹੋਏ। ਇਹਨਾਂ ਨੂੰ ਹੁਣ ਡਰ ਕੀ ਲੱਗਦਾ ਕਿ ਜਿਵੇਂ ਜਦੋਂ ਅਸੀਂ ਮਾਫ਼ੀ ਵਾਲਾ ਪਖੰਡ ਕੀਤਾ ਤੇ ਪੂਰੇ ਖਾਲਸਾ ਪੰਥ ਨੂੰ ਸਿੱਖ ਜਗਤ ਨੂੰ ਉਹ ਫੈਸਲਾ ਮਨਜ਼ੂਰ ਨਾ ਹੋਇਆ ਤੇ ਇਸ ਤਰੀਕੇ ਨਾਲ ਪੰਥ ਨੇ ਠੋਕਵਾਂ ਵਿਰੋਧ ਕੀਤਾ ਵੀ ਇਹਨਾਂ ਨੂੰ ਉਹ ਰੱਦ ਕਰਨਾ ਪਿਆ, ਇਹ ਇਸ ਗੱਲ ਨੂੰ ਅਹਿਸਾਨ ਬਣਾ ਕੇ ਪੇਸ਼ ਕਰ ਰਹੇ ਨੇ। ਕਹਿੰਦੇ ਜੀ ਜੇ ਫੈਸਲਾ ਗਲਤ ਸੀਗਾ ਫਿਰ ਉਹ ਰੱਦ ਹੋ ਗਿਆ। ਰੱਦ ਐਵੇਂ ਹੋ ਗਿਆ, ਉਦੋਂ ਪਹਿਲਾਂ 1 ਕਰੋੜ ਰੁਪਈਆ ਤੁਸੀਂ ਵੰਡਿਆ ਮੀਡੀਆ ਨੂੰ ਤੇ ਹਰ ਉਸ ਬੰਦੇ ਨੂੰ ਕੁੱਟਿਆ ਮਾਰਿਆ ਇੱਥੇ ਦਲ ਖਾਲਸਾ ਵਾਲੇ ਹੋਰ ਸਿੱਖ ਜਥੇਬੰਦੀਆਂ ਵਾਲੇ ਨੌਜਵਾਨਾਂ ਨੂੰ ਜੇਲ੍ਹ ਯਾਤਰਾ ਕਰਾਈ, ਜਿਹੜੇ ਜਿਹੜੇ ਬੰਦੇ ਨੇ ਉਸ ਗਲਤ ਫੈਸਲੇ ਦਾ ਵਿਰੋਧ ਕੀਤਾ ਉਹਨੂੰ ਪੁੱਛ ਕੇ ਤਾਂ ਦੇਖੋ ਉਹਦਾ ਹਾਲ ਕੀ ਕੀਤਾ ਤੁਸੀਂ। ਸੋ ਬਹੁਤ ਮਾੜਾ ਤੇ ਭੈੜਾ ਇਹਨਾਂ ਨੇ ਉਹ ਪੂਰਾ ਜਦ ਨੂੰ ਫਿਰ ਮਾਹੌਲ ਜਦੋਂ ਹੱਥੋਂ ਨਿਕਲਦਾ ਦੇਖਿਆ
ਫਿਰ ਉਹ ਵੈਸੇ ਵੀ ਰਾਜੀ ਸੀ, ਕੌਣ ਮੰਨਦਾ ਸੀ ਉਸ ਗਲਤ ਫੈਸਲੇ ਨੂੰ, ਕੋਈ ਮੰਨਦਾ ਹੀ ਨਹੀਂ ਸੀ। ਤੇ ਉਦੋਂ ਅਕਾਲੀ ਲੀਡਰਸ਼ਿਪ ਤੇ ਜਥੇਦਾਰ ਸਾਹਿਬਾਨ ਦੀ ਜਿਹੜੀ ਸਾਂਝ ਸੀ ਉਹਦੇ ਉੱਤੇ ਬਿਲਕੁਲ ਕਾਟੀ ਲਾ ਦਿੱਤੀ ਪੰਥ ਨੇ, ਵੀ ਤੁਸੀਂ ਚਾਹੇ ਪੰਜਾਬ ਦੇ ਮੁੱਖ ਮੰਤਰੀ ਹੋ, ਚਾਹੇ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਹੋ, ਚਾਹੇ ਤੁਸੀਂ ਪੰਜ ਸਿੰਘ ਸਾਹਿਬਾਨ ਹੋ ਤੇ ਚਾਹੇ ਤੁਸੀਂ ਅਕਾਲੀ ਦਲ ਦੇ ਥੰਮ ਹੋ, ਕੋਈ ਤੁਹਾਡੀ ਮਨਜ਼ੂਰੀ ਨਹੀਂ। ਪੰਥ ਨੇ ਆਪਦੀ ਸ਼ਕਤੀ ਦਾ ਪ੍ਰਗਟਾਵਾ ਕੀਤਾ ਤੇ ਇਹਨਾਂ ਨੂੰ ਉਹ ਗਲਤ ਫੈਸਲਾ ਜਿਹੜਾ ਸੀਗਾ ਉਹ ਵਾਪਸ ਲੈਣਾ ਪਿਆ। ਇਹਨਾਂ ਨੂੰ ਹੁਣ ਦਿਖਦਾ ਕਿ ਜੇ ਫੈਸਲਾ ਹੁਣ ਪੰਥ ਨੂੰ ਫੇਰ ਮਨਜ਼ੂਰ ਨਾ ਹੋਇਆ ਫੇਰ ਉਹੀ ਕੰਮ ਹੋ। ਇਹ ਅਸਲ ਵਿੱਚ ਤਾਂ ਗਿਆਨੀ ਰਘਵੀਰ ਸਿੰਘ ਦੀ ਪਰਖ ਹੋਣੀ ਆ ਹੁਣ ਕਿ ਉਹਨੇ ਗਿਆਨੀ ਗੁਰਬਚਨ ਸਿੰਘ ਵਾਲੀ ਕਰਾਉਣੀ ਆ ਕਿ ਉਹਨੇ ਆਪਦਾ ਇਤਿਹਾਸ ਵਿੱਚ ਨਾਂ ਲਿਖਾਉਣਾ। ਇਹਨਾਂ ਦਾ ਕੀ ਜਾਣਾ? ਪਹਿਲਾਂ ਇਸੇ ਬਾਦਲ ਦਲ ਨੇ ਜਾਂ ਅਕਾਲੀ ਲੀਡਰਸ਼ਿਪ ਨੇ ਕਦੋਂ ਭੱਦਰਕਾਰੀ ਕੀਤੀ ਹੈ? ਇਹਨਾਂ ਨੇ ਤਾਂ ਕਾਂਗਰਸ ਨਾਲੋਂ ਤੇ ਭਾਜਪਾ ਨਾਲੋਂ ਵੀ ਸਾਡੇ ਨਾਲ ਬੁਰੀ ਕੀਤੀ ਹੈ ਸਿੱਖ ਜਗਤ ਨਾਲ। ਸੋ ਪੰਥ ਨੇ ਆਪਦਾ ਫੈਸਲਾ ਸੁਣਾ ਤਾ ਵੀ ਚਾਹੋ ਮਰੋ ਪਰ ਤੁਹਾਨੂੰ ਵੋਟਾਂ ਹੀ ਨਹੀਂ ਪਾਉਂਦੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਡਾਕਟਰ ਦਲਜੀਤ ਸਿੰਘ ਚੀਮੇ ਦੇ ਵਿਚਾਰ ਸੁਣੇ ਹੈ ਤਾਂ ਸਾਫ਼ ਦਿਖਿਆ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਤਾਂ ਇਉਂ ਆ ਕਿ ਸਾਨੂੰ ਵੋਟਾਂ ਵੱਟਣ ਤੁਸੀਂ ਪਾਉਂਦੇ ਨਹੀਂ, ਮਾਫੀਆਂ ਅਸੀਂ ਮੰਗੀ ਜਾਂਦੇ ਹਾਂ, ਅਸਰ ਤੁਹਾਡੇ ਤੇ ਸਾਡੀ ਮਾਫੀ ਦਾ ਹੁੰਦਾ ਨਹੀਂ, ਤੇ ਜੇ ਤੁਸੀਂ ਹੁਣ ਵੀ ਸਾਡੇ ਲਈ ਕੀਤਾ ਹੋਇਆ ਫੈਸਲਾ ਨਾ ਮੰਨਿਆ ਫਿਰ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਦੋਸ਼ੀ ਹੋ, ਪੱਲੇ ਤੁਹਾਡੇ। ਇਹੀ ਗੱਲ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੇ ਸੋਚੀ ਸੀਗੀ ਵੀ ਜਦੋਂ ਆਪਾਂ ਮਾਫ਼ੀਨਾਮਾ ਅਕਾਲ ਤਖ਼ਤ ਦੇ ਤਾ ਫਿਰ ਕਿਹਨੇ ਵਿਰੋਧ ਕਰਨਾ। ਇੱਕ ਵਾਰੀ ਏਦਾਂ ਹੀ ਅਕਾਲੀ ਲੀਡਰਸ਼ਿਪ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਸੱਦ ਲਿਆ ਸੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਚ, ਕਹਿੰਦੇ ਜੀ ਆਹ ਦਿੱਲੀ ਤੋਂ ਪ੍ਰਪੋਜ਼ਲ ਆਈ ਆ ਤੇ ਆਪਾਂ ਇਹ ਮੰਨ ਲਈਏ, ਧਰਮ ਯੁੱਧ ਮੋਰਚਾ ਸਮਾਪਤੀ ਕਰ ਲਈਏ। ਸੰਤ ਕਹਿੰਦੇ ਇਹਦੇ ਨਾਲ ਅਰਦਾਸ ਦੀ ਪੂਰਤੀ ਹੁੰਦੀ ਹੈ ਜਿਹੜੀ ਆਪਾਂ ਅਰਦਾਸ ਕੀਤੀ ਸੀ। ਕਹਿੰਦੇ ਜੀ ਇਹ ਅਰਦਾਸ ਦੀ ਪੂਰਤੀ ਤਾਂ ਹੁੰਦੀ ਨਹੀਂ। ਫਿਰ ਕਹਿੰਦੇ ਵੀ ਸੰਤ ਕਹਿੰਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੰਗਤ ਨੂੰ ਕੀ ਮੂੰਹ ਦਿਖਾਵਾਂਗੇ, ਲੋਕਾਂ ਨੂੰ ਕੀ ਕਹਾਂਗੇ। ਬਰਨਾਲਾ ਕਹਿੰਦਾ ਦੋ ਚਾਰ ਜਕਾਰੇ ਛੱਡੋ ਜੀ ਲੌਂਗੋਵਾਲ ਸਾਹਿਬ, ਚਾਰ ਜਕਾਰੇ ਤੁਸੀਂ ਛੱਡੋ, ਦੋ ਅਸੀਂ ਛੱਡਾਂਗੇ, ਦਸ ਜਕਾਰੇ ਜਦੋਂ ਗੂੰਜੇ ਤੇ ਆਪਾਂ ਚਾਰ ਦਿਨ ਪਾਇਆ ਰੌਲਾ ਕਿ ਪੰਥ ਦੀ ਜੀਤ ਹੋ ਗਈ ਆ, ਦਿੱਲੀ ਸਰਕਾਰ ਝੁੱਕ ਗਈ ਆ, ਇਸੇ ਸਿੱਖ ਜਗਤ ਨੇ ਆਪਣੇ ਮਗਰ ਤੁਰੇ ਫਿਰਨਾ। ਸੰਤ ਕਹਿੰਦੇ ਭਾਈ ਤੁਹਾਨੂੰ ਇਹ ਮਨਜ਼ੂਰ ਹੋਣਾ ਤੁਹਾਨੂੰ ਵਧੀਆ ਲੱਗਦਾ, ਤੁਸੀਂ ਐਂ ਕਰੋ ਮੇਰੇ ਹਿੱਸੇ ਵਾਲੇ ਵੀ ਚਾਰ ਜਕਾਰੇ ਆਪੇ ਹੀ ਛੱਡ ਲਿਓ, ਕਹਿ ਕੇ ਉਹ ਵਾਪਸ ਆ ਗਏ ਤੇ ਇਹਨਾਂ ਨੂੰ ਫਿਰ ਗਾਹਾਂ ਗੱਲ ਕਰਨ ਦੀ ਹਿੰਮਤ ਨਾ ਪਈ। ਦੂਜੇ ਦਿਨ ਜਥੇਦਾਰ ਚੌੜਾ ਸਾਹਿਬ ਕਹਿੰਦੇ ਸੰਤ ਜੀ ਕੱਲ੍ਹ ਵਧੀਆ ਫੈਸਲਾ ਦਿੱਤਾ ਤੁਸੀਂ। ਸੰਤ ਕਹਿੰਦੇ ਫਿਰ ਤੁਸੀਂ ਤਾਂ ਹਮਾਇਤ ਕੀਤੀ ਨਹੀਂ ਨਾ ਮੇਰੀ, ਮੇਰਾ ਤਾਂ ਫੈਸਲਾ ਵਧੀਆ ਸੀਗਾ ਜਿਹੜਾ ਸੀਗਾ। ਸੋ ਅੱਜ ਦੀ ਤਰੀਕ ਵਿੱਚ ਵੀ ਪੰਥ ਦੇ ਸਾਹਮਣੇ ਇਹਨਾਂ ਇਹ ਲਾਚਾਰ ਨੇ, ਬੇਬਸ ਨੇ। ਜੇ ਕਿਤੇ ਇਹਨਾਂ ਨੂੰ ਵੋਟਾਂ ਪੈ ਜਾਂਦੀਆਂ, ਜੇ ਕਿਤੇ ਸਰਸੇ ਵਾਲੇ ਜਿਤਾ ਦਿੰਦੇ, ਇਹਨਾਂ ਨੇ ਤਾਂ ਪੁੱਛਣਾ ਨਹੀਂ ਸੀ ਕਿਸੇ ਨੂੰ, ਹੁਣ ਤੱਕ ਕਿਹੜਾ ਪੁੱਛਿਆ। ਇਹਨਾਂ ਦੇ ਦਿਲ ਦਿਮਾਗ ਦੀ ਹਾਲਾਤ ਦੇਖੋ ਤੁਸੀਂ, ਸਾਰੀ ਦੁਨੀਆਂ ਨੂੰ ਪਤਾ, ਪ੍ਰਦੀਪ ਕਲੇਰ ਪਿੱਟ ਪਿੱਟ ਕੇ ਦੱਸਦਾ ਵਾ ਵੀ ਕਿਵੇਂ ਉੱਥੇ ਹਨੀਪ੍ਰੀਤ ਦੀ ਹਾਜ਼ਰੀ ਵਿੱਚ ਇਹ ਗੱਲ ਚੱਲੀ ਤੇ ਕਿਵੇਂ ਉਹਨੇ ਕਿਹਾ ਵੀ ਜਿਵੇਂ ਆਪਣੇ ਇਹਨਾਂ ਨੇ ਲੌਕਟ ਲਾ ਲਾ ਸਿੱਟੇ ਆ ਸਰਸੇ ਵਾਲੇ ਦੇ ਪੈਰਾਂ ਚ ਰੋਲੇ ਆ ਉਹ ਫੋਟੋ ਵਾਲੇ, ਉਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਬੋਲਣਾ। ਹੁਣ ਤਾਂ ਇਕੱਲੇ ਇਕੱਲੇ ਬੰਦੇ ਦਾ ਪਤਾ, ਪਰ ਇਹਨਾਂ ਪਿਓ ਦੇ ਪੁੱਤਾਂ ਨੇ, ਕਿਸੇ ਅਕਾਲੀ ਲੀਡਰਸ਼ਿਪ ਨੇ, ਅੱਜ ਤੱਕ ਸੁਖਬੀਰ ਬਾਦਲ ਸਮੇਤ ਕਿਸੇ ਨੇ ਇਹ ਨਹੀਂ ਕਿਹਾ
ਵੀ ਹਰੀਪ੍ਰੀਤ ਤੇ ਪ੍ਰਦੀਪ ਕਲੇਰ ਨੇ ਜਿਹਨਾਂ ਜਿਹਨਾਂ ਦੇ ਨਾਂ ਲਏ ਆ ਵੀ ਇਹ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਾਂ ਇਹਨਾਂ ਦੇ ਉੱਤੇ ਕੁਛ ਹੋਣਾ ਚਾਹੀਦਾ, ਇਹ ਪੂਰਾ ਸੋਫਟ ਕਾਰਨਰ ਰੱਖਦੇ ਆ। ਅੱਜ ਵੀ ਇਹਦੇ ਦਿਮਾਗ 'ਚ ਇਹ ਆ ਕਿ ਕਿਸੇ ਤਰੀਕੇ ਨਾਲ ਸਰਸੇ ਵਾਲਿਆਂ ਨਾਲ ਆਪਣੀ ਜਿਹੜੀ ਆ ਸਾਂਝ ਉਹ ਬਣੀ ਰਹੇ। ਸੋ ਸਪਸ਼ਟ ਗੱਲ ਇਹ ਹੈ ਕਿ ਜਿਹੜਾ ਮਸਲਾ ਅਕਾਲ ਤਖ਼ਤ ਸਾਹਿਬ ਤੇ ਇਹ ਆਇਆ ਹੋਇਆ, ਇਹਦੇ ਵਿੱਚ ਗਿਆਨੀ ਗੁਰਬਚਨ ਸਿੰਘ ਬਾਲੀ, ਗਿਆਨੀ ਰਘਵੀਰ ਸਿੰਘ ਨਾ ਕਰਾ ਲਵੇ, ਇਹ ਗਿਆਨੀ ਰਘਵੀਰ ਸਿੰਘ ਦੀ ਪਰਖ ਦੀ ਘੜੀ ਆ, ਕਿਉਂਕਿ ਅਕਾਲੀ ਲੀਡਰਸ਼ਿਪ ਦੇ ਹਿੱਤਾਂ ਦੀ ਰਾਖੀ ਕਰਦਾ ਕਰਦਾ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਕਲੰਕ ਲਵਾ ਗਿਆ ਤੇ ਹੁਣ ਕਿਤੇ ਗਿਆਨੀ ਰਘਵੀਰ ਸਿੰਘ ਵੀ ਉਸੇ ਰਾਹ ਨਾਲ ਤੁਰ ਪਵੇ। ਖੈਰ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਕਿ ਪੰਜਾਬ ਦੀ ਧਰਤੀ ਉੱਤੇ ਹਿੰਦੂ ਭਾਈਚਾਰਾ ਵੀ ਵੱਸਦਾ, ਹੋਰ ਭਾਈਚਾਰੇ ਵੀ ਵੱਸਦੇ ਨੇ, ਪਰ ਪੰਥ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਧਰਤੀ ਉੱਤੇ ਸਿੱਖ ਸੱਭਿਆਚਾਰ ਜਿਹੜਾ ਹੈ ਇਹ ਇਸ ਧਰਤੀ ਦਾ ਸੱਭਿਆਚਾਰ ਆ, ਹਿੰਦੂ ਸੱਭਿਆਚਾਰ ਨਹੀਂ ਇਸ ਧਰਤੀ ਦਾ, ਗੰਗਾ ਜਮਨਾ ਦਾ ਸੱਭਿਆਚਾਰ ਆ। ਸੋ ਪੰਜਾਬ ਦੀ ਧਰਤੀ ਉੱਤੇ ਦੋਨੇ ਸੱਭਿਆਚਾਰ ਇੱਕ ਦੂਜੇ ਨਾਲ ਖਹਿ ਖਹਿ ਕੇ ਲੰਘਦੇ, ਹਿੰਦੂ ਸਿਵਿਲਾਈਜੇਸ਼ਨ ਤੇ ਸਿੱਖ ਸਿਵਿਲਾਈਜੇਸ਼ਨ, ਦੋਨਾਂ ਦਾ ਖਾਣ ਪੀਣ, ਰਹਿਣ ਸਹਿਣ, ਪਹਿਰਾਵਾ, ਹਰ ਚੀਜ਼ ਦਾ ਫਰਕ, ਸਾਡੇ ਇਤਿਹਾਸ ਦਾ ਵੀ ਫਰਕ ਆ, ਸਾਡੀਆਂ ਰਵਾਇਤਾਂ ਦਾ ਫਰਕ ਆ, ਸਾਡੇ ਸਭ ਕੁਛ ਦਾ ਫਰਕ ਆ। ਸਿੱਖ ਇਤਿਹਾਸ ਵਿੱਚ ਥਾਂ ਥਾਂ ਤੇ ਹਿੰਦੂਆਂ ਦੀਆਂ ਬੇਵਫਾਈਆਂ ਦਾ, ਧੋਖੇਬਾਜ਼ੀਆਂ ਤੇ ਮਕਾਰੀਆਂ ਦਾ ਜ਼ਿਕਰ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਹਿੰਦੂ ਦੀ ਭਾਵਨਾ ਉਦੋਂ ਹੋਰ ਹੁੰਦੀ ਹੈ ਤੇ ਸਿੱਖ ਦੀ ਭਾਵਨਾ ਹੋਰ ਹੁੰਦੀ ਹੈ। ਸਰਹੰਦ ਦਾ ਸਾਕਾ ਸਾਨੂੰ ਗੰਗੂ ਚੇਤੇ ਆ ਜਾਂਦਾ, ਇਹਨਾਂ ਨੂੰ ਕੁਛ ਹੋਰ ਚੇਤੇ ਆਉਂਦਾ। ਅੰਗਰੇਜ਼ਾਂ ਤੇ ਸਿੱਖਾਂ ਦੀਆਂ ਜੰਗਾਂ ਤੇ ਸਿੱਖ ਇਤਿਹਾਸ ਦੀਆਂ ਹੋਰ ਬਹੁਤ ਘਟਨਾਵਾਂ ਇਹ ਸਿੱਖ ਲਈ ਬਿਲਕੁਲ ਹੋਰ ਅਰਥ ਰੱਖਦੀਆਂ ਨੇ ਤੇ ਹਿੰਦੂ ਲਈ ਹੋਰ। ਸਿੱਖ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਿਹਾ ਕੀਰਤਨ, ਅਰਦਾਸ ਦੀ ਆਵਾਜ਼ ਉਹ ਧੂਪ ਆਉਂਦੀ ਆ ਤੇ ਹਿੰਦੂ ਨੂੰ ਮਾਤਾ ਦੀਆਂ ਭੇਟਾਂ ਚੰਗੀਆਂ ਲੱਗਦੀਆਂ ਨੇ। ਜਦੋਂ ਪੈਸੇ ਦਾ ਪੁੱਤ ਬਣਿਆ ਹੋਇਆ ਕੋਈ ਗਵਈਆ ਸਿਰ ਤੇ ਪੱਗ ਬੰਨ ਕੇ ਮਾਤਾ ਦੀਆਂ ਭੇਟਾਂ ਗਾਉਂਦਾ, ਸਿੱਖ ਦਾ ਮਰਨ ਹੋਇਆ ਪਿਆ ਹੁੰਦਾ, ਹਿੰਦੂ ਨੂੰ ਚਾਅ ਚੜਿਆ ਪਿਆ ਹੁੰਦਾ। ਸੋ ਜਿਹੜਾ ਹਿੰਦੂ ਆ ਉਹਨੂੰ ਤਾਂ ਬਾਂਸਰੀ ਵਾਲੇ ਕ੍ਰਿਸ਼ਨ ਕਨਈਆ ਚੇਤੇ ਆਉਂਦੇ ਆ, ਉਹਦੇ ਤੋਂ ਉਹਨੂੰ ਸਮਰੱਥਾ ਸ਼ਕਤੀ ਮਿਲਦੀ ਆ। ਸਿੱਖ ਲਈ ਬਾਜਾਂ ਵਾਲਾ, ਉਹ ਜਿਹੜਾ ਸਾਡਾ ਘੱਲੂ ਘਰ ਹੈ, ਜਿਹੜਾ ਛੋਟਾ ਘੱਲੂ ਘਰ ਆ, ਉਹਦੀ ਜਦੋਂ ਗੱਲ ਕਰਦੇ ਆ ਸਾਨੂੰ ਉਦੋਂ ਲਖਪਤ ਰਾਏ ਤੇ ਜਸਪਤ ਰਾਏ ਵਰਗੇ ਦੁਸ਼ਟ ਚੇਤੇ ਆਉਂਦੇ ਆ, ਇਹਨਾਂ ਨੂੰ ਉਹ ਆਪਦੇ ਹੀਰੋ ਲੱਗਦੇ ਆ। ਸੋ ਜਿਹੜਾ ਸਾਡਾ ਇੱਕ ਦੂਜੇ ਨਾਲ ਸਿੱਧਮ ਸਿੱਧਾ ਟਕਰਾ ਰਿਹਾ, ਇਹਨਾਂ ਨੂੰ ਭੁੱਲ ਕੇ ਸਾਡੇ ਬੰਦੇ ਜਦੋਂ ਐਵੇਂ ਆਪਦੇ ਆਪ ਨੂੰ ਧੋਖਾ ਦੇ ਕੇ ਇਹ ਕਹਿੰਦੇ ਆ ਜੀ ਹਿੰਦੂ ਸਿੱਖ ਏਕਤਾ, ਉਦੋਂ ਸਾਫ ਗੱਲ ਹੈ ਕਿ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਕਿ ਜਦੋਂ ਸਿੱਖਾਂ ਨੂੰ ਅਕਾਲੀ ਲੀਡਰਸ਼ਿਪ ਨੂੰ ਇਹ ਚਾਅ ਚੜਿਆ ਕਿ ਆਪਾਂ ਪੂਰੇ ਭਾਰਤ ਵਿੱਚ ਹੋਰਨਾਂ ਸੂਬਿਆਂ 'ਚ ਵੀ ਇਹ ਉਦੋਂ ਕੀਮਤ ਤਾਰਨੀ ਪਈ, ਪੰਜਾਬੀ ਅਕਾਲੀ ਦਲ ਦਾ ਸਰੂਪ ਬਣਾਉਣਾ ਪਿਆ ਤੇ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਵਿੱਚੋਂ ਵੀ ਖਤਮ ਹੋ ਗਈ। ਉਵੇਂ ਹੀ ਜਿਵੇਂ ਆਪਾਂ ਕੱਲ ਡਿਸਕਸ ਕੀਤਾ ਹੈ ਕਿ ਸਰਬ ਸਾਂਝਾ ਗ੍ਰੰਥ ਬਣਾਉਂਦੇ ਬਣਾਉਂਦੇ ਕਿਤੇ ਸਿੱਖ ਜਿਹੜੇ ਨੇ ਉਹ ਕੁਛ ਹੋਰ ਹੀ ਨਾ ਕਰਕੇ ਬਹਿ ਜਾਣ, ਜਿਵੇਂ ਪੰਜਾਬੀ ਬੋਲੀ ਤੇ ਜੇ ਸਿੱਖਾਂ ਨੇ ਆਪਦਾ ਦਾਅਵਾ ਛੱਡ ਦਿੱਤਾ ਤਾਂ ਇਹ ਖਤਮ ਹੋ ਜਾਊਗੀ। ਇਵੇਂ ਹੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਅੰਮ੍ਰਿਤਸਰ, ਅੰਮ੍ਰਿਤਸਰ ਦਰਬਾਰ ਸਾਹਿਬ ਇਕੱਲੇ ਸਿੱਖਾਂ ਦਾ ਹੈ, ਆਪਾਂ ਜਦੋਂ ਕਹਿੰਦੇ ਹਾਂ ਜਦੋਂ ਇਹ ਦੂਜੇ ਪਾਸੇ ਨੂੰ ਗੱਲ ਜਾਏਗੀ ਕਿ ਸਾਰਿਆਂ ਦਾ ਹੈ, ਇਹ ਫਿਰ ਕੁਛ ਹੋਰ ਕਹਾਣੀ ਬਣ ਜਾਊਗੀ।
ਇਵੇਂ ਹੀ ਪੰਜਾਬ ਦੇ ਉੱਤੇ ਸਾਡਾ ਇਕੱਲਿਆਂ ਦਾ ਦਾਅਵਾ ਹੈ। ਇਹ ਜਿਹੜੇ ਨੇ ਇੱਥੇ ਰਹਿ ਸਕਦੇ ਆ, ਜਿਵੇਂ ਦਰਬਾਰ ਸਾਹਿਬ ਦੇ ਵਿੱਚ ਜਿੰਨੇ ਮਰਜ਼ੀ ਆ ਜਾਣ, ਹਿੰਦੂ ਵੀ ਆ ਜਾਣ, ਸਾਨੂੰ ਕੋਈ ਸਮੱਸਿਆ ਨਹੀਂ। ਜਿਵੇਂ ਪਾਠ ਕਰਨਾ ਦਰਬਾਰ ਸਾਹਿਬ ਦੇ ਵਿੱਚ ਗੁੱਟ ਕੇ ਲੈ ਕੇ ਜਿੰਨੇ ਮਰਜ਼ੀ ਪਾਠ ਕਰੀ ਜਾਣ, ਪਰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉੱਥੇ ਤਾਬਿਆਂ 'ਚ ਬੈਠਣ ਦਾ ਹੱਕ ਆ ਉਹ ਸਿੱਖ ਨੂੰ। ਸੋ ਇਹ ਧਰਤੀ ਸਿੱਖਾਂ ਦੀ ਆ, ਇੱਥੇ ਸਿੱਖ ਸਿਵਲਾਈਜੇਸ਼ਨ ਜਿਹੜੀ ਆ ਉਹਦੀਆਂ ਗੂੰਜਾਂ ਪੈਣੀਆਂ ਨੇ। ਗੰਗਾ ਜਮਨਾ ਵਾਲਿਆਂ ਦਾ ਆਪਦਾ ਇੱਕ ਵੱਖਰਾ ਹਿਸਾਬ ਕਿਤਾਬ ਆ, ਇਹਦੇ ਬਾਰੇ ਸਾਨੂੰ ਸਪਸ਼ਟਤਾ ਲਿਆਉਣੀ ਪਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਮਸਲੇ ਉੱਤੇ ਹੋਰ ਜ਼ਿਆਦਾ ਗੰਭੀਰਤਾ ਨਾਲ ਪੂਰੇ ਤੱਥ, ਪੂਰੇ ਜਿਹੜੇ ਸਬੂਤ ਆ ਉਹ ਆਪਾਂ ਸਾਂਝੇ ਕਰਾਂਗੇ। ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।